ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ, ਜੋ ਕਿ ਕਿਸਾਨਾਂ ਨਾਲ ਜੁੜੀ ਹੋਈ ਹੈ। ਕਿਸਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਐਲਾਨ ਕੀਤਾ ਗਿਆ ਹੈ 13 ਫਰਵਰੀ ਯਾਨੀ ਕਿ ਕੱਲ ਦਿੱਲੀ ਕੂਚ ਦਾ, ਤੇ ਕੱਲ ਦਿੱਲੀ ਕੂਚ ਤੋਂ ਪਹਿਲਾਂ ਅੱਜ ਵੱਡੀ ਮੀਟਿੰਗ ਹੋਣ ਜਾ ਰਹੀ ਹੈ, ਵੱਡੀ ਬੈਠਕ ਹੋਣ ਜਾ ਰਹੀ ਹੈ। ਦੱਸ ਕੇ ਅੱਜ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਬੈਠਕ ਹੋਵੇਗੀ, ਦੂਜੇ ਗੇੜ ਦੀ ਬੈਠਕ ਹੈ। ਦੱਸ ਦੇ ਕਿ ਚੰਡੀਗੜ੍ਹ ਸ਼ਾਮ 5 ਵਜੇ ਕੇਂਦਰ ਮੰਤਰੀਆਂ ਦੇ ਨਾਲ ਮੀਟਿੰਗ ਹੋਏਗੀ। ਵੇਖਣਾ ਹੋਏਗਾ ਕਿ ਕੁਝ ਨਤੀਜਾ, ਕੀ ਕੁਝ ਸਿੱਟਾ ਇਸ ਮੀਟਿੰਗ ਦਾ ਨਿਕਲਦਾ ਹੈ। ਦੱਸ ਦੇ ਕਿ ਕੇਂਦਰ ਮੰਤਰੀ ਅਰਜੁਨ ਮੁੰਡਾ, ਪਿਊਸ਼ ਗੋਇਲ ਤੇ ਨਿਤਿਆਨੰਦ ਰਾਏ ਇਸ ਮੀਟਿੰਗ ਸ਼ਾਮਿਲ ਹੋਣਗੇ, ਇਸ ਮੀਟਿੰਗ ਦਾ ਹਿੱਸਾ ਬਣਨਗੇ। ਕਿਸਾਨ ਆਗੂ ਸਰਵਣ ਸਿੰਘ ਪੰਦੇੜ ਤੇ ਜਗਜੀਤ ਸਿੰਘ ਡੱਲੇਵਾਲ ਵੀ ਇਸ ਮੀਟਿੰਗ ਸ਼ਾਮਿਲ ਹੋਣਗੇ। ਚੰਡੀਗੜ੍ਹ ਦੇ ਸੈਕਟਰ 26 ਜੋ ਕਿ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਹੈ, ਉੱਥੇ ਆ ਬੈਠਕ ਹੋਏਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 8 ਫਰਵਰੀ ਨੂੰ ਵੀ ਚੰਡੀਗੜ੍ਹ 'ਚ ਕੇਂਦਰ ਤੇ ਕਿਸਾਨਾਂ ਦੇ ਵਿਚਾਲਿਆ ਮੀਟਿੰਗ ਹੋਈ ਸੀਗੀ। ਇਹ ਬੈਠਕ ਸੀਐਮ ਮਾਨ ਦੀ ਪਹਿਲ ਨਾਲ ਹੋਈ ਸੀਗੀ, ਜਿਸ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਅੱਗੇ ਕੁਝ ਪ੍ਰਸਤਾਵ ਰੱਖੇ ਸੀਗੇ ਅਤੇ ਕਈ ਮੰਗਾਂ ਤੇ ਸਹਿਮਤੀ ਵੀ ਬਣੀ ਸੀਗੀ। ਤੇ ਅੱਜ ਦੂਜੇ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਸ਼ਾਮ 5 ਵਜੇ ਕੇਂਦਰ ਮੰਤਰੀਆਂ ਦੇ ਨਾਲ ਆ ਮੀਟਿੰਗ ਰੱਖੀ ਗਈ ਹੈ। ਆ ਮੀਟਿੰਗ ਬੇਹੱਦ ਹੀ ਇੰਪੋਰਟੈਂਟ ਮੰਨੀ ਜਾ ਰਹੀ ਹੈ ਕਿ ਕੁਝ ਸਿੱਟਾ ਇਸ ਮੀਟਿੰਗ ਦਾ ਨਿਕਲ ਕੇ ਸਾਹਮਣੇ ਆਉਂਦਾ ਹੈ, ਕਿਉਂਕਿ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ ਐਸੀ ਮੀਟਿੰਗ ਦਾ, ਕੀ ਕੁਝ ਸਿੱਟਾ ਨਿਕਲ ਕੇ ਰਹਿੰਦੀਆਂ। ਇਸ ਵਿਚਾਲੇ ਹੀ ਜੋ ਕਿਸਾਨ ਨੇ ਉਹਨਾਂ ਦੇ ਵੱਲੋਂ ਤੈਅ ਕੀਤਾ ਜਾਏਗਾ ਕਿ ਕੱਲ੍ਹ ਦਿੱਲੀ ਕੂਚ ਕੀਤਾ ਜਾਣਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ 8 ਫਰਵਰੀ ਨੂੰ ਆ ਮੀਟਿੰਗ ਹੋਈ ਸੀਗੀ। ਕਿਸਾਨ ਆਗੂਆਂ ਦਾ ਕਹਿਣਾ ਸੀਗਾ ਕਿ ਪੋਜ਼ਿਟਿਵ ਮਾਹੌਲ 'ਚ ਮੀਟਿੰਗ ਹੋਈ ਸੀਗੀ, ਜੋ ਸੀਐਮ ਭਗਵੰਤ ਮਾਨ ਨੇ ਉਹਨਾਂ ਦੀ ਪਹਿਲ ਦੇ ਆਧਾਰ ਤੇ ਆ ਮੀਟਿੰਗ ਕਰਵਾਈ ਗਈ ਸੀ। ਕੇਂਦਰ ਮੰਤਰੀ ਤੇ ਪਹੁੰਚੇ ਸੀਗੇ, ਪਰ ਕਿਸਾਨਾਂ ਦਾ ਉਸ ਟਾਈਮ ਆ ਕਹਿਣਾ ਸੀਗਾ ਕਿ ਸਾਡਾ ਦਿੱਲੀ ਕੂਚ ਦਾ ਜੋ ਐਲਾਨ ਹੈ ਐਜ਼ ਇਟ ਇਜ਼ ਸਟੈਂਡ ਕਰਦਾ ਹੈ। ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਨੂੰ ਲੈ ਕੇ ਹਾਈ ਅਲਰਟ ਤੇ ਹੈ ਪ੍ਰਸ਼ਾਸਨ। ਦੱਸ ਕੇ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਸਾਰੇ ਬਾਰਡਰਸ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਰਡਰ ਤੇ ਪੁਲਿਸ ਦੀ ਹੈਵੀ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਦੱਸ ਕੇ ਕਿਸਾਨਾਂ ਨੂੰ ਰੋਕਣ ਦੇ ਲਈ ਬਾਰਡਰ ਤੇ ਕਿਲੇਬੰਦੀ ਕੀਤੀ ਗਈ ਹੈ। ਨੁਕੀਲੀਆਂ ਕਿੱਲਾਂ ਲਾਈਆਂ ਗਈਆਂ ਨੇ, ਕੰਕਰੀਟ ਦੀ ਕੰਧ ਤੇ ਸੀਮੈਂਟ ਦੀਆਂ ਸਲੈਬਾਂ ਵੀ ਰੱਖੀਆਂ ਗਈਆਂ ਨੇ। ਹਾਈਵੇ ਬੰਦ ਕੀਤਾ ਗਿਆ ਹੈ ਹਰਿਆਣਾ ਵਾਲੇ ਪਾਸੋਂ। ਦੱਸ ਕੇ ਪੈਰਾਮਿਲਟਰੀ ਫੋਰਸ ਦੀ ਵੀ ਤੈਨਾਤੀ ਕੀਤੀ ਗਈ ਹੈ ਚੰਡੀਗੜ੍ਹ। ਹਰਿਆਣਾ ਤੇ ਦਿੱਲੀ ਸੈਕਸ਼ਨ 144 ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਚੰਡੀਗੜ੍ਹ 60 ਦਿਨਾਂ ਯਾਨੀ ਕਿ 2 ਮਹੀਨਿਆਂ ਦੇ ਲਈ ਸੈਕਸ਼ਨ 144 ਲਾਗੂ ਰਹੇਗਾ। ਜੇ ਅਸੀਂ ਹਰਿਆਣਾ ਦੀ ਗੱਲ ਕਰੀਏ ਤੇ ਹਰਿਆਣਾ ਦੇ 15 ਜ਼ਿਲ੍ਹਿਆਂ 'ਚ ਸੈਕਸ਼ਨ ਯਾਨੀ ਕਿ ਧਾਰਾ 144 ਲਾਗੂ ਕੀਤੀ ਗਈ ਹੈ। ਦਿੱਲੀ 'ਚ ਯੂਪੀ ਦੇ ਨਾਲ ਲੱਗਦੇ ਬਾਰਡਰ ਤੇ ਵੀ ਸੈਕਸ਼ਨ 144 ਪ੍ਰਸ਼ਾਸਨ ਦੇ ਵੱਲੋਂ ਲਗਾਈ ਗਈ ਹੈ। ਧਾਰਾ 144 ਦੇ ਤਹਿਤ 5 ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਈ ਗਈ ਹੈ ਤੇ ਤਮਾਮ ਥਾਵਾਂ ਤੇ ਸੈਕਸ਼ਨ 144 ਇੰਪੋਜ਼ ਕੀਤਾ ਗਿਆ ਹੈ। ਦੱਸ ਕੇ ਹਰਿਆਣਾ ਦੇ 7 ਜ਼ਿਲ੍ਹਿਆਂ 'ਚ ਮੋਬਾਈਲ ਇੰਟਰਨੈਟ ਪਹਿਲਾਂ ਤੋਂ ਹੀ ਠੱਪ ਹੈ, ਬੰਦ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ 2 ਟੈਂਪਰੇਰੀ ਜੇਲਾਂ ਯਾਨੀ ਕਿ ਸਥਾਈ ਜੇਲਾਂ ਵੀ ਬਣਾ ਦਿੱਤੀਆਂ ਨੇ। ਇੱਥੇ ਚੌਧਰੀ ਦਲਬੀਰ ਸਿੰਘ ਇੰਡੋਰ ਸਟੇਡੀਅਮ ਸਿਰਸਾ ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਡੱਬਵਾਲੀ ਨੂੰ ਓਪਨ ਜੇਲ ਬਣਾਇਆ ਗਿਆ ਹੈ। ਤੇ ਕੀ ਕੁਝ ਅੱਜ ਮੀਟਿੰਗ ਹੋਈ ਹੈ, ਕੀ ਕੁਝ ਨਿਸ਼ਚਿਤਤਾ ਨਿਕਲਦਾ ਹੈ, ਇਸ ਤੇ ਤਮਾਮ ਨਜ਼ਰਾਂ ਟਿੱਕੀਆਂ ਰਹਿਣਗੀਆਂ। ਪਰ ਇਸ ਦੇ ਵਿਚਾਲੇ ਜੋ ਪ੍ਰਸ਼ਾਸਨ ਹੈ ਉਹ ਬਿਲਕੁਲ ਪੱਬਾ ਭਾਰ ਹੈ। ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ। 2 ਤਸਵੀਰਾਂ ਤੁਹਾਨੂੰ ਵਿਖਾ ਰਹੇ, ਪੈਰਾਮਿਲਟਰੀ ਫੋਰਸਿਸ ਤੈਨਾਤ ਕੀਤੀਆਂ ਗਏ ਨੇ। ਹੇਠਲੇ ਪਾਸੇ ਤਸਵੀਰਾਂ ਨੇ, ਦੇਖਿਆ ਜਾ ਸਕਦਾ ਕਿ ਹੈਵੀ ਬੈਰੀਕੇਡਿੰਗ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ। ਸ਼ੰਭੂ ਬਾਰਡਰ ਦੇ ਉੱਤੇ ਕਿਸ ਤਰੀਕੇ ਦੀਆਂ ਤਿਆਰੀਆਂ ਨੇ, ਅਸੀਂ ਤਸਵੀਰਾਂ ਦੇ ਜ਼ਰੀਏ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ।
ਘੱਗਰ ਦਰਿਆ ਦੇ ਪੁਲ ਦੇ ਉੱਤੋਂ ਨਿਕਲਣ ਦੇ ਲਈ ਜਿਹੜੀ ਬੈਰੀਕੇਡਿੰਗ ਕੀਤੀ ਗਈ ਹੈ ਉਹ ਅਸੀਂ ਤੁਹਾਡੇ ਤੱਕ ਪਹੁੰਚਾਈ ਹੈ ਤੇ ਇਸ ਵਿਚਾਲੇ ਅਸੀਂ ਕੋਸ਼ਿਸ਼ ਕੀਤੀ ਕਿ ਪੁਲ ਦੇ ਹੇਠਾਂ ਆਈਏ ਜਿਹੜਾ ਘੱਗਰ ਦਰਿਆ ਤੋਂ ਲੋਕ ਪੈਦਲ ਪਾਰ ਕਰਦੇ ਨੇ ਉਸ ਨੂੰ ਕਿਸ ਤਰੀਕੇ ਨਾਲ ਅੜੀਕੇ ਲਗਾ ਕੇ ਰੋਕਿਆ ਗਿਆ ਉਹ ਦਿਖਾਈਏ ਮੇਰੇ ਪਿੱਛੇ ਕਿਉਂਕਿ ਧੁੰਦ ਬਹੁਤ ਹੈ ਤਸਵੀਰਾਂ ਸ਼ਾਇਦ ਘੱਟ ਨਜ਼ਰ ਆ ਰਹੀਆਂ ਹੋਣ ਇੱਕ ਵਾਰੀ ਦਿਖਾ ਦਿਓ ਇਹ ਪੂਰਾ ਪੁਲ ਉੱਪਰੋਂ ਸੜਕ ਨਿਕਲ ਰਹੀ ਹੈ ਨੈਸ਼ਨਲ ਹਾਈਵੇ 44 ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਹੈ ਕਿ ਨੀਚੇ ਆ ਸਕੀਏ ਨੀਚੇ ਵੀ ਵੱਡੇ ਵੱਡੇ ਟੋਏ ਪੁੱਟੇ ਗਏ ਨੇ ਮੇਰੇ ਸਹਿਯੋਗੀ ਵਿਨੋਦ ਜੇਕਰ ਤਸਵੀਰਾਂ ਦੇ ਜ਼ਰੀਏ ਦਿਖਾ ਸਕਣ ਇੱਕ JCB ਕਰੇਨਾ ਲਗਾ ਕੇ ਟੋਏ ਪੁੱਟ ਦਿੱਤੇ ਗਏ ਨੇ ਕਿ ਇੱਥੋਂ ਨਿਕਲਣਾ ਮੁਸ਼ਕਿਲ ਹੈ ਹਾਲਾਂਕਿ ਇੱਥੋਂ ਤੱਕ ਰੋਡ ਤੇ ਆਉਣਾ ਕੋਈ ਟਰੈਕਟਰ ਦੇ ਉੱਤੇ ਆ ਰਿਹਾ ਜਾਂ ਕੋਈ ਹੋਰ ਹੈ ਤਾਂ ਜ਼ਿਆਦਾ ਮੁਸ਼ਕਿਲ ਨਹੀਂ ਹੋਏਗਾ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਆਪਾਂ ਹੋਰ ਅੱਗੇ ਵੱਧਦੇ ਹਾਂ ਕਿ ਕਿੱਥੇ ਤੱਕ ਜਾਇਆ ਜਾ ਸਕਦਾ ਹੈ ਕੁਝ ਲੋਕ ਉੱਥੇ ਨਜ਼ਰ ਆ ਰਹੇ ਨੇ ਉਹਨਾਂ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੇ ਦੇਖਾਂਗੇ ਕਿ ਤਸਵੀਰਾਂ ਦੇ ਜ਼ਰੀਏ ਕਿ ਵਾਕਈ ਹੀ ਦਰਿਆ ਪਾਰ ਕਰਕੇ ਕੋਈ ਪੈਦਲ ਜਾਂ ਕੋਈ ਕਾਰ ਦੇ ਉੱਤੇ ਜਾ ਸਕਦਾ ਹੈ ਜਾਂ ਨਹੀਂ ਜਾ ਸਕਦਾ ਉਹ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅੱਗੇ ਅਸੀਂ ਵੱਧ ਰਹੇ ਹਾਂ ਘੱਗਰ ਦਰਿਆ ਵਾਲੇ ਪਾਸੇ ਔਰ ਪਾਣੀ ਦਾ ਵਹਾਅ ਕਿੰਨਾ ਕੁ ਹੈ ਕੱਲ੍ਹ ਦੇ ਮੁਕਾਬਲੇ ਕਿ ਬਾਕੀ ਇੱਥੋਂ ਪੈਦਲ ਪਾਰ ਕੀਤਾ ਜਾ ਸਕਦਾ ਹੈ ਦਰਿਆ ਜਾਂ ਨਹੀਂ ਉਹੀ ਤਸਵੀਰਾਂ ਇੱਥੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਸਥਿਤੀ ਇਸ ਸਮੇਂ ਦੀ ਕੀ ਹੈ JCB ਦੇ ਨਾਲ ਪੂਰਾ ਪੱਟਿਆ ਹੋਇਆ ਇੱਥੇ ਵੱਡੇ ਵੱਡੇ ਟੋਏ ਇੱਕ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਹੈ ਹਾਲਾਂਕਿ ਇੱਥੇ ਤੱਕ ਜਿਹੜੀਆਂ ਇਹਨਾਂ ਦੀਆਂ JCB ਜਾਂ ਹੋਰ ਮਸ਼ੀਨਾਂ ਜ਼ਰੂਰ ਆਉਣ ਦੀ ਇੱਕ ਤੁਸੀਂ ਕਹਿ ਸਕਦੇ ਹੋ ਸਥਿਤੀ ਬਣੀ ਹੋਈ ਸੀ ਅੱਗੇ ਵੱਧਦੇ ਹਾਂ ਅੱਗੇ ਰਸਤਾ ਨਹੀਂ ਹੈ ਭਈਆ ਅੱਗੇ ਰਸਤਾ ਹੈ ਨਹੀਂ ਫਿਰ ਕਿੱਧਰੋਂ ਜਾ ਹੋਏਗਾ ਹੁਣ ਅੱਛਾ ਚਲੋ ਅੱਗੇ ਜਾਣ ਦੀ ਮੈਂ ਕੋਸ਼ਿਸ਼ ਕਰਦਾ ਕਿ ਕਿੱਥੇ ਤੱਕ ਜਾ ਹੋਏਗਾ ਇਸ ਵਾਲੇ ਪਾਸੇ ਇਹ ਸ਼ਖਸ ਜਾ ਕੇ ਆਇਆ ਤੇ ਦਰਿਆ ਸਾਹਮਣੇ ਵਗ ਰਿਹਾ ਇੱਥੇ ਨਹੀਂ ਜਾਇਆ ਜਾ ਸਕਦਾ ਇੱਥੇ ਤੱਕ ਰੁਕਣਾ ਹੋਏਗਾ ਦੂਜੇ ਪਾਸੇ ਆਪਾਂ ਟਰਾਈ ਕਰਾਂਗੇ ਦੇਖਦੇ ਹਾਂ ਜਿੱਧਰੋਂ ਹੋਰ ਲੋਕ ਜਾ ਰਹੇ ਨੇ ਉੱਧਰੋਂ ਜਾ ਕੇ ਦੇਖੀਏ ਕਿ ਵਾਕਈ ਜਾਇਆ ਜਾ ਸਕਦਾ ਕਿ ਨਹੀਂ ਪੈਦਲ ਪਾਰ ਕੀਤਾ ਜਾ ਸਕਦਾ ਕਿ ਨਹੀਂ ਤਾਂ ਉਹ ਕੋਸ਼ਿਸ਼ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਵੱਡੇ ਵੱਡੇ ਟੋਏ ਤਾਂ ਪੁੱਟ ਦਿੱਤੇ ਗਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਵੱਡੇ ਵੱਡੇ ਟੋਏ ਇੱਥੇ ਪੁੱਟੇ ਗਏ ਨੇ ਔਰ ਅੱਗੇ ਅਸੀਂ ਵੱਧ ਰਹੇ ਹਾਂ ਕਿੱਥੋਂ ਆਏ ਜੀ ਤੁਸੀਂ ਰਾਜਗੜ੍ਹ ਇਸ ਵਾਲੇ ਪਾਸੇ ਪੈਂਦਾ ਦੂਜੇ ਪਾਸੇ ਨਾਲੇ ਤੁਸੀਂ ਅੱਗੇ ਜਾਣਾ ਸੀ ਜਾਂ ਨਹੀਂ ਅਸੀਂ ਤਾਂ ਵੇਖਣ ਆਏ ਸੀ ਅੱਛਾ ਤੁਸੀਂ ਦੇਖਣ ਆਏ ਸੀਗੇ ਕਹਾਂ ਸੇ ਆਏ ਜੀ ਆਪ ਅੰਬਾਲੇ ਦੇ ਜੀ ਅੰਬਾਲਾ ਸੇ ਕੈਸੇ ਆਏ ਫਿਰ ਪੈਦਲ ਆਏ ਜੀ ਪਾਣੀ ਕੋ ਐਸੀ ਕ੍ਰੋਸ ਕਰਕੇ ਸ਼ੂਜ਼ ਉਤਾਰਨੇ ਪੜੇ ਹੈ ਹਾਂ ਜੀ ਤੋ ਫਿਰ ਪਾਣੀ ਕਿੰਨਾ ਗਹਿਰਾ ਹੈ ਪਾਣੀ ਹੈਕਾ ਜੀ ਗਹਿਰਾ ਜੀ ਮੈਂ ਇਹ ਪਾਣੀ ਗਹਿਰਾ ਡਰ ਨਹੀਂ ਲਗਾ ਡਰ ਲੱਗ ਰਿਹਾ ਜੀ ਜੀ ਕੰਮ ਤਾਂ ਕਰਨਾ ਹੀ ਹੈ ਅੱਛਾ ਆਪ ਰੋਜ਼ ਆਤੇ ਹੋ ਕੈਸੇ ਹੈ ਹਮ ਰੋਜ਼ ਆਤੇ ਹੋ ਮਜਬੂਰੀ ਹੈ ਅੱਜ ਹਮਾਰੀ ਤੋ ਆਣਾ ਪੜਾ ਹਾਂ ਦਰਿਆ ਦੇ ਨੇੜੇ ਮੈਂ ਹੋਰ ਜਾਣ ਦੀ ਕੋਸ਼ਿਸ਼ ਕਰਦਾ ਤਸਵੀਰਾਂ ਦੇ ਜ਼ਰੀਏ ਦਰਸ਼ਕਾਂ ਤੱਕ ਪਹੁੰਚਾ ਸਕਾਂ ਘੱਗਰ ਦਰਿਆ ਦੇ ਬਿਲਕੁਲ ਨੇੜੇ ਅਸੀਂ ਪਹੁੰਚ ਚੁੱਕੇ ਹਾਂ ਪਾਣੀ ਦਾ ਫਲੋ ਤੁਸੀਂ ਕਹਿ ਸਕਦੇ ਹੋ ਕਿ ਠੀਕ ਠਾਕ ਹੈਗਾ ਪਾਣੀ ਗੰਦਾ ਵੀ ਬਹੁਤ ਹੈ ਸਮੈਲ ਇੱਥੇ ਮੈਂ ਮਹਿਸੂਸ ਕਰ ਪਾ ਰਿਹਾ ਉਹ ਉੱਪਰ ਪਾਸੇ ਜੇਕਰ ਦਿਖਾ ਸਕਾਂ ਧੁੰਦ ਦਾ ਮੌਸਮ ਹੈ ਉੱਪਰ ਵਾਲੇ ਪਾਸੇ ਇੱਥੇ ਬੈਰੀਕੇਡਿੰਗ ਕੀਤੀ ਗਈ ਹੈ ਦੋਵੇਂ ਪਾਸੇ ਪੁਲ ਦੇ ਉਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ ਇੱਥੇ ਤੱਕ ਜ਼ਰੂਰ ਅਸੀਂ ਪਹੁੰਚ ਗਏ ਹਾਂ ਪਰ ਕਾਬਿਲੇ ਗੌਰ ਹੈ ਕਿ ਜਿੱਥੇ ਮੈਂ ਇਸ ਸਮੇਂ ਮੌਜੂਦ ਹਾਂ ਵਿਨੋਦ ਤਸਵੀਰਾਂ ਦਿਖਾ ਰਹੇ ਨੇ ਕਿ ਇੱਥੇ ਪਾਣੀ ਕੱਲ੍ਹ ਦੇ ਮੁਕਾਬਲੇ ਅੱਜ ਜ਼ਿਆਦਾ ਹੈ ਕੱਲ੍ਹ ਥੋੜ੍ਹਾ ਜਿਹਾ ਘੱਟ ਸੀ ਪਾਣੀ ਔਰ ਤੁਸੀਂ ਇੱਥੇ ਘੱਗਰ ਦਰਿਆ ਪਾਰ ਕਰਕੇ ਜੇਕਰ ਕਿਸੇ ਨੇ ਜਾਣਾ ਹੈ ਤਾਂ ਇੱਥੋਂ ਵਿੱਚੋਂ ਪਾਰ ਹੋ ਕੇ ਜਾਣਾ ਪਏਗਾ ਕਹਾਂ ਜਾਣਾ ਜੀ ਆਪਣੇ ਹਾਂਜੀ ਦੇਵੀ ਨਗਰ ਜਾਣਾ ਹੈ ਹਾਂਜੀ ਤੋ ਆਪ ਐਸੀ ਪਾਰ ਕਰੋਗੇ ਕਿਆ ਕਰੇਗਾ ਮਜਬੂਰੀ ਭਾਈ ਸਾਹਿਬ ਨਹੀਂ ਉੱਪਰ ਨਹੀਂ ਜਾਣੇ ਮਿਲ ਰਹਾ ਤਾਂ ਉਸਮੇ ਜਾ ਰਹੇ ਕਿਸੇ ਤਰ੍ਹਾਂ ਜੀ ਤੋ ਇਹ ਤੋ ਪਾਣੀ ਗਹਿਰਾ ਗੰਦਾ ਵੀ ਬਹੁਤ ਹੈ ਗੰਦਾ ਤੋ ਹੈ ਜੀ ਗੰਦਾ ਤੋ ਹਮਰ ਕਿਆ ਕਰੇ ਮਜਬੂਰੀ ਭਾਈ ਜਾਣਾ ਜੀ ਜੀ ਤੋ ਜਾਣਾ ਕਹਾਂ ਪੇ ਹੈ ਦੇਵੀ ਨਗਰ ਨਹੀਂ ਮਤਲਬ ਕਿਆ ਰੋਜ਼ ਜਾਤੇ ਹੋ ਕੰਮ ਕਰਤੇ ਹੋ ਕਿਆ ਕਰਤੇ ਜੀ ਦੇਵੀ ਨਗਰ ਸੇ ਕਹਾਂ ਜਾਣਾ ਅੱਛਾ ਅੱਛਾ ਆਗੇ ਜਾਣਾ ਚਲਿਏ ਠੀਕ ਹੈ ਤਾਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਨੇ
ਕਿ ਹੁਣ ਜਿਹਨਾਂ ਦੀ ਮਜਬੂਰੀ ਹੈ ਉਹਨਾਂ ਨੂੰ ਜਾਣਾ ਪੈ ਰਿਹਾ। ਇਸ ਸਮੇਂ ਘੱਗਰ ਦਰਿਆ ਦੇ ਉੱਤੇ ਅਸੀਂ ਮੌਜੂਦ ਹਾਂ। ਪਾਣੀ ਦਾ ਵਹਾਅ ਆਮ ਤੌਰ 'ਤੇ ਇਸ ਤੋਂ ਥੋੜ੍ਹਾ ਜਿਹਾ ਘੱਟ ਹੁੰਦਾ ਹੈ, ਜੇਕਰ ਮੈਂ ਫਰਵਰੀ ਦੇ ਮਹੀਨੇ ਦਾ ਜ਼ਿਕਰ ਕਰਾਂ। ਭਈਆ ਪਾਣੀ ਇਤਨਾ ਹੀ ਹੋਤਾ ਹੈ ਜਾਂ ਕਮ ਹੋਤਾ ਹੈ? ਜੇ ਹੈਲਮੇਟ ਪਕੜਾ ਹੋਇਆ ਭਈਆ ਨੇ। ਭਈਆ ਪਾਣੀ ਇਤਨਾ ਹੋਤਾ ਹੈ ਰੋਜ਼ ਜਾਂ ਕਮ ਹੋਤਾ ਹੈ? ਕੱਲ ਕਮ ਥਾ, ਜ਼ਿਆਦਾ ਹੈ। ਆਪ ਰੋਜ਼ ਜਾਤੇ ਹੋ ਯਹਾਂ ਸੇ, ਕਹਾਂ ਜਾਣਾ ਆਪਨੇ? ਹੈਂ ਜੀ ਸਾਹਿਬ, ਰੂਮ ਪੇ। ਅੱਛਾ, ਤੋ ਬਤਾਈਏ ਕਿਤਨਾ ਦਿੱਕਤ ਹੈ ਜਾਣੇ ਕੇ ਲੀਏ? ਬਹੁਤ ਦਿੱਕਤ ਹੋ ਰਹਾ ਹੈ, ਹਮ ਲੋਗ ਡਿਊਟੀ ਆਨੇ ਜਾਣੇ ਮੇਂ ਇਧਰ ਸੇ ਆਨਾ ਜਾਣਾ ਪੜਤਾ ਹੈ ਹਮ ਲੋਗ। ਜੀ ਹਾਂ, ਤੋ ਦਿੱਕਤ ਵਾਲਾ ਕੰਮ ਹੈ ਜੀ। ਚਲੀਏ, ਤੋ ਕੰਪਨੀ ਸੇ ਛੋੜਾ ਭਾਈ ਕੋ, 4 ਦਿਨ ਕੇ ਬਾਅਦ ਭੱਗ ਕੇ ਆਇਆ ਕੰਪਨੀ ਸੇ। ਅੱਛਾ, ਤੋ ਆਗੇ ਰੋਜ਼ ਇਧਰ ਰਹਤੇ ਹੋ ਆਪ, ਪਿੱਛੇ ਪੰਜਾਬ ਕੀ ਤਰਫ ਇਧਰ ਜਾਣਾ? ਇਧਰ ਜਾਣਾ ਹੈ ਮੰਜੀ ਸਾਹਿਬ ਮੈਂ, ਹਰਿਆਣਾ ਮੈਂ। ਠੀਕ ਹੈ, ਚਲੀਏ, ਸ਼ੁਕਰੀਆ। ਤਾਂ ਪਾਣੀ ਦਾ ਵਹਾਅ ਕੱਲ ਘੱਟ ਸੀਗਾ, ਜਿਵੇਂ ਜਿਹੜੇ ਲੋਕ ਇੱਥੋਂ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਬਿਆਨ ਕਰ ਰਹੇ ਨੇ ਕਿ ਕੱਲ ਪਾਣੀ ਦਾ ਵਹਾਅ ਘੱਟ ਸੀ, ਅੱਜ ਜ਼ਿਆਦਾ ਹੈ। ਇਹ ਜਾਨ ਜੋਖਿਮ 'ਚ ਪਾਉਣ ਵਾਲੀ ਗੱਲ ਹੈ ਕਿ ਇਸ ਤਰੀਕੇ ਨਾਲ ਦਰਿਆ ਨੂੰ ਪਾਰ ਕਰਨਾ ਪੈ ਰਿਹਾ। ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਪੂਰੀ ਕਹਾਣੀ ਨੂੰ ਬਿਆਨ ਕਰਦੀਆਂ ਹੋਈਆਂ। ਹੁਣ ਮੈਂ ਪਿਛਲੇ ਪਾਸੇ ਇਹ ਤਸਵੀਰਾਂ ਦਿਖਾ ਰਿਹਾ ਅਤੇ ਮੇਰੀ ਹਰ ਪਾਸੇ ਜਿੱਥੇ ਵੀ ਨਜ਼ਰ ਜਾਂਦੀ ਹੈ ਮੈਂ ਦੇਖ ਪਾ ਰਿਹਾ ਕਿ ਬਹੁਤ ਕਰੇਨ ਮਸ਼ੀਨ ਦੇ ਨਾਲ ਟੋਏ ਪੁੱਟ ਦਿੱਤੇ ਗਏ ਨੇ ਵੱਡੇ ਵੱਡੇ। ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਬਹੁਤ ਅਹਿਮ ਨੇ ਕਿਉਂਕਿ ਕਿਸਾਨ ਇੱਥੋਂ ਕੋਸ਼ਿਸ਼ ਕਰਨਗੇ ਅੱਗੇ ਜਾਣ ਦੀ। ਇੱਥੇ ਤੱਕ ਟਰੈਕਟਰ ਲੈ ਕੇ ਆਉਣਾ ਇੰਨਾ ਆਸਾਨ ਨਹੀਂ ਹੋਏਗਾ ਕਿਉਂਕਿ ਬਹੁਤ ਵੱਡੇ ਵੱਡੇ ਢਿੰਗਾਂ ਲਗਾ ਦਿੱਤੀਆਂ ਗਈਆਂ ਨੇ। ਮੈਂ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਾਂਗਾ ਪਰ ਇੱਥੇ ਤੱਕ ਤੁਸੀਂ ਪੈਦਲ ਆ ਸਕਦੇ ਹੋ ਫਿਲਹਾਲ। ਜੇਕਰ ਤੁਸੀਂ ਕੋਈ ਸਕੂਟਰ, ਸਾਈਕਲ ਜਾਂ ਫਿਰ ਕੁਝ ਟਰੈਕਟਰ ਦੇ ਉੱਤੇ ਮਿੱਟੀ ਪੱਧਰੀ ਕਿਤੇ ਬਿਨਾ ਤਾਂ ਆਪਾਂ ਇੱਥੇ ਆ ਨਹੀਂ ਸਕਾਂਗੇ। ਇਹ ਤਸਵੀਰਾਂ ਨੇ ਗੋਡਿਆਂ ਗੋਡਿਆਂ ਤੱਕ ਪਾਣੀ ਉੱਥੇ ਉਹਨਾਂ ਦਾ ਨਜ਼ਰ ਆ ਰਿਹਾ ਹੈ। ਔਰ ਇਹ ਪਾਣੀ ਆਪਣੇ ਆਪ ਦੇ ਵਿੱਚ ਕਹਾਣੀ ਬਿਆਨ ਕਰਦਾ ਹੈ ਕਿ ਇਹ ਜਾਨ ਜੋਖਿਮ ਦੇ ਵਿੱਚ ਪਾ ਕੇ ਪੂਰਾ ਪਾਰ ਕਰਨਾ ਪਏਗਾ ਜੇਕਰ ਤੁਸੀਂ ਇੱਥੋਂ ਅੱਗੇ ਵੱਧਦੇ ਹੋ। ਤਾਂ ਇਸ ਸਮੇਂ ਘੱਗਰ ਦਰਿਆ ਦੇ ਉੱਤੇ ਜਿੱਥੇ ਬੈਰੀਕੇਡਿੰਗ ਸ਼ੰਭੂ ਬਾਰਡਰ ਦੇ ਉੱਤੇ ਕੀਤੀ ਗਈ ਹੈ ਉਸਦੇ ਬਿਲਕੁਲ ਹੇਠਾਂ ਅਸੀਂ ਖੜ੍ਹੇ ਹਾਂ ਔਰ ਇੱਥੇ ਦੀਆਂ ਤਸਵੀਰਾਂ ਅਤੇ ਪੂਰੀ ਕਹਾਣੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਲੋਕ ਮਜਬੂਰੀ ਵੱਸ, ਕਿਉਂਕਿ ਤੁਸੀਂ ਪੈਦਲ ਰੋਡ ਕ੍ਰੋਸ ਨਹੀਂ ਕਰ ਸਕਦੇ, ਬੈਰੀਕੇਡ ਹੋਈ ਵੀ ਹੈ, ਤੁਸੀਂ ਪੈਦਲ ਕ੍ਰੋਸ ਨਹੀਂ ਕਰ ਸਕਦੇ। ਹੇਠਾਂ ਘੱਗਰ ਦਰਿਆ ਹੈ, ਪਾਣੀ ਦਾ ਵਹਾਅ ਤੇਜ਼ ਹੋਇਆ ਅਤੇ ਇੱਥੋਂ ਜੇਕਰ ਤੁਸੀਂ ਕ੍ਰੋਸ ਕਰਨਾ ਤਾਂ ਕਿਤੇ ਨਾ ਕਿਤੇ ਜਾਨ ਜੋਖਿਮ ਦੇ ਵਿੱਚ ਪਾਣੀ ਹੋਏਗੀ। ਔਰ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈਗਾ ਹੈ, ਹਾਲਾਂਕਿ ਮੈਂ ਬਿਲਕੁਲ ਨਜ਼ਦੀਕ ਖੜ੍ਹਾ ਹੋਇਆ ਪਾਣੀ ਦੇ। ਔਰ ਜਿਹੜੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ, ਜਿਹੜੇ ਲੋਕ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਦਿੱਕਤਾਂ ਤਾਂ ਕਾਫ਼ੀ ਹੋ ਰਹੀਆਂ ਨੇ, ਤਾਂ ਦਿੱਕਤਾਂ ਦੇ ਵਿੱਚ ਪੈਂਦੇ ਹੋਏ ਉਹ ਇੱਥੋਂ ਕ੍ਰੋਸ ਕਰਕੇ ਅੱਗੇ ਜਾਣਗੇ ਅੰਬਾਲਾ ਦੂਸਰੇ ਵਾਲੇ ਪਾਸੇ। ਜੇਕਰ ਅੰਬਾਲੇ ਵਾਲੇ ਪਾਸੇ ਪੈਦਲ ਵੀ ਕ੍ਰੋਸ ਕਰਨਾ ਕਿਸੇ ਨੇ ਤਾਂ ਇਸ ਤਰੀਕੇ ਨਾਲ ਦਰਿਆ ਕ੍ਰੋਸ ਕਰਨਾ ਹੋਏਗਾ, ਇਸ ਤਰੀਕੇ ਨਾਲ ਦਰਿਆ ਪਾਰ ਕਰਕੇ ਜਾਣਾ ਹੋਏਗਾ। ਇਹ ਤਸਵੀਰ ਆਪਣੇ ਆਪ ਦੇ ਵਿੱਚ ਦੱਸ ਰਹੀ ਹੈ ਕਿ ਤਿਆਰੀਆਂ ਕਿਸ ਪੱਧਰ ਦੀਆਂ ਕੀਤੀਆਂ ਗਈਆਂ ਨੇ। ਦੇਖੋ, ਗੱਲ ਇਹ ਵੀ ਇਸ ਸਮੇਂ ਕਿ ਕੱਲ੍ਹ ਪਾਣੀ ਦਾ ਵਹਾਅ ਘੱਟ ਸੀਗਾ, ਅੱਜ ਥੋੜ੍ਹਾ ਜਿਹਾ ਜ਼ਿਆਦਾ ਹੈ। ਜੇ ਪਾਣੀ ਥੋੜ੍ਹਾ ਜਿਹਾ ਹੋਰ ਵੱਧ ਆਏ ਮੈਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰਾਂ। ਦੇਖੋ, ਜਿਹੜਾ ਆ ਇੱਕ ਲੈਵਲ ਹੈਗਾ, ਜੇ ਲੈਵਲ ਘੱਟੋ ਘੱਟ ਤੁਸੀਂ ਕਹਿ ਸਕਦੇ ਹੋ ਕਿ ਅੱਧਾ ਪੌਣਾ ਫੁੱਟ ਨੀਚੇ ਹੈ। ਜੇ ਪਾਣੀ ਥੋੜ੍ਹਾ ਜਿਹਾ ਹੋਰ ਉੱਪਰ ਆ ਗਿਆ, ਪਾਣੀ ਇੱਥੇ ਤੱਕ ਆ ਗਿਆ ਤਾਂ ਇਸਦਾ ਵਹਾਅ ਬਹੁਤ ਤੇਜ਼ ਹੋ ਜਾਏਗਾ ਔਰ ਉਸ ਤੋਂ ਬਾਅਦ ਇੱਥੋਂ ਇਹਨੂੰ ਕ੍ਰੋਸ ਕਰਨਾ ਪੈਦਲ ਬਹੁਤ ਮੁਸ਼ਕਿਲ ਹੋਏਗਾ। ਫਿਲਹਾਲ ਦੇ ਲਈ ਲੋਕ ਜਾ ਰਹੇ ਨੇ ਔਰ ਬਹੁਤ ਹੌਲੀ ਹੌਲੀ ਪੈਰ ਟਿਕਾ ਟਿਕਾ ਕੇ ਰੱਖ ਕੇ ਅੱਗੇ ਵੱਧਦੇ ਹੋਏ ਦਿਖ ਰਹੇ ਨੇ। ਪਰ ਜੇਕਰ ਪਾਣੀ ਦਾ ਵਹਾਅ ਅੱਧਾ ਫੁੱਟ ਹੋਰ ਉੱਪਰ ਹੋ ਗਿਆ, ਪਿੱਛੋਂ ਪਾਣੀ ਜ਼ਿਆਦਾ ਛੱਡ ਦਿੱਤਾ ਗਿਆ, ਤਾਂ ਇੱਥੋਂ ਘੱਗਰ ਦਰਿਆ ਨੂੰ ਪੈਦਲ ਪਾਰ ਕਰਨਾ ਤਾਂ ਤਕਰੀਬਨ ਨਾਮੁਮਕਿਨ ਵਰਗਾ ਹੋ ਜਾਏਗਾ। ਔਰ ਪਾਣੀ ਬਹੁਤ ਗੰਦਾ ਹੈ ਕਿਉਂਕਿ ਝੱਗ ਔਰ ਇਹ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰ ਰਹੀਆਂ ਨੇ ਕਿ ਆਖਿਰ ਕਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਔਰ ਕਿਵੇਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ। ਤਾਂ ਕੀ ਪਾਣੀ ਦਾ ਵਹਾਅ ਤੇਜ਼ ਹੋਇਆ, ਇਹ ਉਸੇ ਦਾ ਪਾਰਟ ਹੈ, ਉਸੇ ਦਾ ਇੱਕ ਪਾਰਟ ਹੈ ਕਿ ਪਾਣੀ ਨੂੰ ਤੇਜ਼ ਕਰ ਦਿੱਤਾ ਗਿਆ, ਤਿਆਰੀਆਂ ਦਾ ਇੱਕ ਪਾਰਟ ਹੈ? ਇਹ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿਉਂਕਿ ਜੇ ਪਾਣੀ ਦਾ ਵਹਾਅ ਘੱਟ ਹੋਏਗਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹਨੂੰ ਕ੍ਰੋਸ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਹੋਏਗਾ। ਜੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਤਾਂ ਫਿਰ ਆਪਾਂ ਬਾਖੂਬੀ ਸਮਝਦੇ ਹਾਂ ਕਿ ਉਹਨੂੰ ਕ੍ਰੋਸ ਕਰਨਾ ਮੁਸ਼ਕਿਲ ਹੈ।
ਪਾਣੀ ਜੇ ਆਮ ਆਪਾਂ ਬਰਸਾਤਾਂ ਦੇ ਵਿੱਚ ਜ਼ਿਕਰ ਕਰੀਏ ਤਾਂ ਬਹੁਤ ਜ਼ਿਆਦਾ ਘੱਗਰ ਦੇ ਵਿੱਚ ਹੁੰਦਾ। ਘੱਗਰ ਕਿੰਨਾ ਕਹਿਰ ਅੱਗੇ ਜਾ ਕੇ ਜਿਹੜੇ ਸੰਗਰੂਰ ਦੇ ਪਿੰਡਾਂ ਦੇ ਵਿੱਚ, ਪਟਿਆਲਾ ਦੇ ਪਿੰਡਾਂ ਦੇ ਵਿੱਚ ਪਹੁੰਚਾਉਂਦਾ, ਕਿਸੇ ਤੋਂ ਲੁਕਿਆ ਨਹੀਂ ਹੈ। ਪਰ ਇੱਥੇ ਜੇਕਰ ਮੈਂ ਜ਼ਿਕਰ ਫਰਵਰੀ ਦੇ ਮਹੀਨੇ ਦਾ ਕਰਾਂ ਤਾਂ ਇੱਕ ਨਾਲੇ ਦੀ ਤਰ੍ਹਾਂ ਵਗਦਾ, ਇਸ ਤੋਂ ਵੀ ਅੱਧਾ ਹੁੰਦਾ ਹੈ, ਪਰ ਅੱਜ ਬਹੁਤ ਜ਼ਿਆਦਾ ਹੈ। ਤੁਹਾਨੂੰ ਘੱਗਰ ਦੀ ਸਥਿਤੀ ਦਿਖਾ ਦਿੱਤੀ, ਹੁਣ ਇਸ ਵਾਲੇ ਪਾਸੇ ਮੈਂ ਕੋਸ਼ਿਸ਼ ਕਰਾਂ ਦਿਖਾਉਣ ਦੀ, ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਲੇ ਪਾਸੇ ਵੀ ਤਿਆਰੀਆਂ ਹੈਗੀਆਂ। ਥੋੜ੍ਹਾ ਜਿਹਾ ਉੱਪਰ ਜੇਕਰ ਦਿਖਾ ਸਕੀਏ, ਅਸੀਂ ਵਾਪਸ ਚੱਲਦੇ ਹਾਂ ਦੂਜੇ ਵਾਲੇ ਕੋਨੇ ਦੇ ਉੱਤੇ ਜਾਣ ਦੀ ਕੋਸ਼ਿਸ਼ ਕਰਾਂਗੇ ਅਤੇ ਉੱਥੋਂ ਵੀ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਕਿ ਉੱਥੇ ਕੀ ਕੁਝ ਸਥਿਤੀ ਬਣੀ ਹੋਈ ਹੈ ਅਤੇ ਉੱਥੇ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ। ਇੱਕ ਵਾਰੀ ਫਿਰ ਤੋਂ ਇਹ ਪੂਰੀ ਜਿਹੜੀ ਰੋਡ ਹੈ ਇਸ ਨੂੰ ਕ੍ਰੋਸ ਕਰਨਾ ਇੰਨਾ ਆਸਾਨ ਨਹੀਂ ਹੈ, ਔਰ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਤਸਵੀਰ ਤੁਹਾਡੇ ਤੱਕ ਜ਼ਰੂਰ ਪਹੁੰਚਾਈ ਜਾਵੇ, ਕਿਉਂਕਿ ਬਿਲਕੁਲ ਸੜਕ ਨੂੰ ਪੁੱਟ ਦਿੱਤਾ ਗਿਆ ਔਰ ਪੁੱਟੀ ਹੋਈ ਸੜਕ ਇਹ ਦੱਸਣ ਦੇ ਲਈ ਕਾਫੀ ਹੈ ਕਿ ਇੱਥੇ ਪੈਦਲ ਤੁਰਨਾ ਵੀ ਮੁਸ਼ਕਿਲ ਹੁੰਦਾ ਨਜ਼ਰ ਆ ਰਿਹਾ। ਬਹੁਤ ਸਾਰੇ ਲੋਕ ਇੱਥੋਂ ਨਿਕਲੇ ਨੇ, ਇਸ ਕਰਕੇ ਥੋੜ੍ਹਾ ਜਿਹਾ ਰਾਹ ਬਣ ਗਿਆ, ਪਰ ਜੇਕਰ ਤੁਸੀਂ ਕਹੋ ਕਿ ਇੱਥੋਂ ਬਿਲਕੁਲ ਆਸਾਨੀ ਨਾਲ ਜਾਇਆ ਜਾ ਸਕੇਗਾ ਤਾਂ ਮੁਸ਼ਕਿਲ। ਆਪਾਂ ਇਸ ਵਾਲੇ ਪਾਸੇ ਤੋਂ ਜੇਕਰ ਥੋੜ੍ਹਾ ਜਿਹਾ ਹੋਰ ਉੱਪਰੋਂ ਘੁੰਮ ਕੇ ਮੈਂ ਜਾਣ ਦੀ ਕੋਸ਼ਿਸ਼ ਕਰਦਾ, ਇੱਕ ਪਿੱਛੇ ਵੀ ਰਾਹ ਸੀ ਕਿ ਉਸ ਰਾਹ ਤੋਂ ਅੱਗੇ ਜਾਇਆ ਜਾ ਸਕਦਾ। ਵਿਨੋਦ ਮੇਰੇ ਸਹਿਯੋਗੀ ਲਗਾਤਾਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਇੱਕ ਤਸਵੀਰ। ਮੈਂ ਅਗਲੇ ਪਾਸੇ ਆਇਆ, ਦੇਖੋ ਆਮ ਤੌਰ 'ਤੇ ਬੰਨ ਮਜ਼ਬੂਤ ਕਰਨ ਦੇ ਲਈ ਹੁੰਦਾ, ਇੱਥੇ ਸੀਮੈਂਟ ਵਾਲੇ ਥੈਲਿਆਂ ਦੇ ਵਿੱਚ ਮਿੱਟੀ ਭਰ ਕੇ ਪੂਰਾ ਢਿੰਗਾ ਬਣਾਈਆਂ ਗਈਆਂ ਨੇ। ਹੋ ਸਕਦਾ ਕਿ ਇਹ ਹੜ੍ਹਾਂ ਦੇ ਦਿਨਾਂ ਦੇ ਵਿੱਚ ਹੋਵੇ, ਪਰ ਅੱਜ ਵੀ ਇੱਥੇ ਇਹ ਸਥਿਤੀ ਨਜ਼ਰ ਆ ਰਹੀ ਹੈ। ਹੋਰ ਅੱਗੇ ਵੱਧਦੇ ਹਾਂ ਆਪਾਂ ਕਿ ਤਸਵੀਰਾਂ ਮੈਂ ਦਿਖਾ ਸਕਾਂ ਆਪਣੇ ਦਰਸ਼ਕਾਂ ਨੂੰ। ਤਾਂ ਇਹ ਤਸਵੀਰਾਂ ਤੁਸੀਂ ਦੇਖੋ, ਇੱਥੇ ਵੱਡੇ ਟੋਏ ਪੁੱਟੇ ਗਏ ਨੇ JCB ਦੇ ਨਾਲ। ਆਮ ਤੌਰ 'ਤੇ ਜੇ ਮਾਈਨਿੰਗ ਹੋ ਰਹੀ ਹੋਵੇ ਤਾਂ ਹੁੰਦਾ, ਪਰ ਇੱਥੇ ਇਹ ਖੱਡੇ ਪੁੱਟ ਦਿੱਤੇ ਗਏ ਨੇ ਕਿ ਕੋਈ ਵਹੀਕਲ ਇਸ ਵਾਲੇ ਪਾਸੇ ਤੋਂ ਦਰਿਆ ਦੇ ਵਿੱਚ ਉਤਾਰ ਨਾ ਸਕੇ। ਬੜਾ ਰਿਸਕੀ ਹੁੰਦਾ ਕਿਉਂਕਿ ਬਹੁਤ ਪੋਲੀ ਹੁੰਦੀ ਹੈ ਮਿੱਟੀ, ਜੇ ਹੋਰ ਨੀਚੇ ਜਾਇਆ ਜਾਵੇ, ਇਸ ਕਰਕੇ ਅਸੀਂ ਇੱਥੇ ਤੱਕ ਹੀ ਰੁਕਾਂਗੇ। ਤਾਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਕਹਾਣੀ ਬਿਆਨ ਕਰ ਰਹੀ ਹੈ ਕਿ ਇੱਥੇ ਤੱਕ ਪਹੁੰਚਣਾ ਫਿਰ ਵੀ ਮੁਸ਼ਕਿਲ ਹੈਗਾ, ਪਰ ਪਹੁੰਚਿਆ ਜਾ ਸਕਦਾ। ਪਰ ਜੇ ਤੁਸੀਂ ਘੱਗਰ ਦਰਿਆ ਪਾਰ ਕਰਕੇ ਅੰਬਾਲੇ ਵਾਲੇ ਪਾਸੇ ਜਾਣਾ ਤਾਂ ਫਿਰ ਜਾਨ ਜੋਖਿਮ 'ਚ ਪਾਉਣ ਵਾਲੀ ਗੱਲ ਹੋਏਗੀ। ਹੁਣ ਟਰੈਕਟਰ ਦੇ ਉੱਤੇ ਚੜ੍ਹ ਕੇ ਕੋਈ ਪਾਰ ਕਰਦਾ, ਮਿੱਟੀ ਨੂੰ ਪੱਧਰ ਕਰਕੇ ਪਾਰ ਕਰਦਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੁਲ ਦੇ ਹੇਠਾਂ ਕੀ ਸਥਿਤੀ ਹੈ ਉਹ ਵੀ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾ ਸਕੀਏ। ਮੇਰੇ ਸਹਿਯੋਗੀ ਵਿਨੋਦ ਦੇ ਨਾਲ ਗੌਰਵ ਸ਼ੁਕਲਾ, ਸ਼ੰਭੂ ਬਾਰਡਰ ਤੋਂ, ਨਿਊਜ਼ 18 ਪੰਜਾਬ। ਇਸ ਦੇ ਵਿਚਾਲੇ ਕਾਫੀ ਸਖਤੀ ਜੋ ਹੈ ਪ੍ਰਸ਼ਾਸਨ ਦੀ ਵੇਖਣ ਨੂੰ ਮਿਲੀ ਹੈ, ਕਿਸਾਨ ਕੂਚ ਲੈ ਕੇ ਸਖਤੀ ਹੈ ਪ੍ਰਸ਼ਾਸਨ ਦੀ। ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦੱਸ ਰਹੇ ਹਾਂ ਕਿ ਇਹਨਾਂ ਥਾਵਾਂ ਤੇ ਸੈਕਸ਼ਨ 144 ਲਾਗੂ ਕੀਤਾ ਗਿਆ ਹੈ। ਚੰਡੀਗੜ੍ਹ 'ਚ ਸੈਕਸ਼ਨ 144 ਲਾਗੂ ਕੀਤਾ ਗਿਆ ਹੈ, 2 ਮਹੀਨੇ ਤੱਕ ਆ ਧਾਰਾ ਲਾਗੂ ਰਹੇਗੀ। ਇਸ ਦੇ ਵਿਚਾਲੇ ਹਰਿਆਣਾ ਦੇ 15 ਜ਼ਿਲ੍ਹੇ ਨੇ ਜਿੱਥੇ ਕਿ ਧਾਰਾ 144 ਲਾਗੂ ਰਹੇਗੀ। ਉੱਤਰ ਪੂਰਬੀ ਦਿੱਲੀ 'ਚ ਵੀ ਸੈਕਸ਼ਨ 144 ਕਈ ਥਾਵਾਂ 'ਤੇ ਲਾਗੂ ਕੀਤਾ ਗਿਆ ਹੈ ਤਾਂ ਜੋ 5 ਤੋਂ ਜ਼ਿਆਦਾ ਲੋਕ ਇਕੱਠਾ ਨਾ ਹੋ ਸਕਣ। ਸੈਕਸ਼ਨ 144 ਦੇ ਤਹਿਤ ਆ ਹਦਾਇਤ ਹੁੰਦੀ ਹੈ ਕਿ ਕਿਸੇ ਵੀ ਥਾਂ 'ਤੇ ਜਿੱਥੇ ਸੈਕਸ਼ਨ 144 ਲਗਾਈ ਗਈ ਹੈ ਉੱਥੇ 5 ਤੋਂ ਜ਼ਿਆਦਾ ਲੋਕ ਇਕੱਠੇ ਨਾ ਹੋਣ। ਪੰਜਾਬ ਹਰਿਆਣਾ ਦੇ ਬਾਰਡਰ ਪੂਰੇ ਤਰੀਕੇ ਨਾਲ ਪ੍ਰਸ਼ਾਸਨ ਦੇ ਵੱਲੋਂ ਸੀਲ ਕੀਤੇ ਗਏ ਨੇ। ਕਹਿ ਸਕਦੇ ਕਿ ਪ੍ਰਸ਼ਾਸਨ ਪੱਬਾ ਭਾਰ ਹੈ ਇਸ ਵਾਰ, ਜੋ ਪ੍ਰਸ਼ਾਸਨ ਹੈ ਕੋਈ ਵੀ ਚੂਕ ਕਰਨ ਦੀ ਕੋਸ਼ਿਸ਼ ਨਹੀਂ ਹੈ। ਇਸ ਵਿਚਾਲੇ ਜੇ ਨਵੰਬਰ 2020 ਦੀ ਅਸੀਂ ਗੱਲ ਕਰੀਏ ਤੇ ਉਦੋਂ ਜੋ ਹੈ ਕਿਸਾਨਾਂ ਦੇ ਵੱਲੋਂ ਚਾਲੇ ਪਾਏ ਗਏ ਸੀਗੇ। ਕਿਸਾਨਾਂ ਦੇ ਵੱਲੋਂ ਤਮਾਮ ਬਾਰਡਰ ਕ੍ਰੋਸ ਕਰਕੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ 1 ਸਾਲ ਤੋਂ ਵੀ ਜ਼ਿਆਦਾ ਡਟੇ ਹੋਏ ਸੀਗੇ। 3 ਖੇਤੀ ਕਾਨੂੰਨ ਕਿਸਾਨਾਂ ਦੇ ਵੱਲੋਂ ਰੱਦ ਕਰਵਾਏ ਗਏ ਸੀਗੇ, ਜਿਸ ਨੂੰ ਲੈ ਕੇ ਦੱਸਦੇ ਕਿ ਹੁਣ ਕਿਸਾਨਾਂ ਦਾ ਤਰਕ ਸੀਗਾ ਕਿ ਕਮਿਟਮੈਂਟ ਜੋ ਹੈ ਕਿਸਾਨ ਦੇ ਵੱਲੋਂ ਕੀਤੀ ਗਈ ਸੀਗੀ, ਸਰਕਾਰ ਦੇ ਵੱਲੋਂ ਕੀਤੀ ਗਈ ਸੀਗੀ, ਪਰ ਉਹ ਜੋ ਕਮਿਟਮੈਂਟ ਸਰਕਾਰ ਦੇ ਵੱਲੋਂ ਪੂਰੀ ਨਹੀਂ ਕੀਤੀ ਗਈ, ਜਿਸ ਨੂੰ ਲੈ ਕੇ ਕਾਫੀ ਰੋਸ ਹੈ ਕਿਸਾਨਾਂ 'ਚ ਤੇ ਕਿਸਾਨਾਂ ਦੇ ਵੱਲੋਂ 13 ਫਰਵਰੀ ਯਾਨੀ ਕਿ ਕੱਲ੍ਹ ਦੇ ਦਿਨ ਦਿੱਲੀ ਚਾਲੇ ਦੇ ਐਲਾਨ ਕੀਤਾ ਗਿਆ ਸੀਗਾ ਤੇ ਹਰਿਆਣਾ 'ਚ ਹਾਈ ਅਲਰਟ ਜੋ ਜਾਰੀ ਕੀਤਾ ਗਿਆ ਹੈ। ਇਹਨਾਂ ਜ਼ਿਲ੍ਹਿਆਂ 'ਚ ਧਾਰਾ 144 ਲਾਗੂ ਕੀਤੀ ਗਈ ਹੈ, ਸਿਰਸਾ, ਰੋਹਤਕ, ਸੋਨੀਪਤ, ਝੱਜਰ,
जींद कैथल तमाम जिले ने 15 जिले ने जिथे की सैक्शन 144 लागू किया गया है। तो प्रशासन चाहता है कि जो कानून स्थिति है वह कायम रहे, किसी भी जो लॉ एंड ऑर्डर की सिचुएशन खराब ना हो सके। फतेहाबाद, हिसार, भिवानी तमाम 15 जिले ने जिथे प्रशासन के वलों सैक्शन 144 लागू किया गया है। सिर्फ विचाले अंबाला, पंचकूला, कुरुक्षेत्र और तमाम यहोजे जिले ने जिथे कि सैक्शन 144 जो प्रशासन के वलों लागू किया गया है। हुण असीं नज़र पावांगे किसानों दीआं मंगां की ने। ग्राफिक्स के जरिए तुहानूं स्क्रीन पर विखा रहे MSP ते फसल खरीद की गरंटी पहली सब तो वड्डी मंग है जो किसानों के वलों किसानों ने कहा है कि किसान दीआं मंगां ने किसान दीआं मजदूरों नूं कर्ज मुक्त किया जाए। तमाम मंगां ने 10 तो ज़्यादा मंगां ने जिसनों लैके किसान जो है मुड़ तो दिल्ली चाले पा रहे हैं। इन्हां दे विचाले तीजी जो इन्हां दी मंग है दिल्ली अंदोलन वाले किसानों खिलाफ दर्ज परचे रद्द किए जाते। तमाम मंगां ने जिन्हां दे वलों अपील की जा रही, हालांकि किसानों का कहना है कि वह गलबात के जरिए मसलों का हल करना चाहते हैं। किसानों की मंगा च बिजली सोध बिल रद्द करना भी है, तो बिजली सोध बिल भी रद्द करना चाहते। इस विचाले पॉल्यूशन एक्ट जो किसानों बाहर रखा जाए आ भी किसानों की मंग है। इस विचाले फसली बीमा योजना सरकार अपने पद्धर से लागू करे। तो तमाम मंगा ग्राफिक्स जरिए तुम टीवी स्क्रीन पर विखा रहे हैं। विदेशों तो मंगवाई जा रही फसलों से टैक्स छोट ना हो। इस विचाले मेरे मेरे सहयोगी गौरव शुक्ला लाइव शंभू बॉर्डर तो मौजूद ने। गौरव, जानना चाहवांगे कि जो प्रशासन है इस बार पब्बा पार है, हैवी बैरीकेडिंग की गई है, कई लेयर की बैरीकेडिंग है, तस्वीर असी वेखिया घग्गर दरिया में पुटिया गया है, पानी का वहा तेज किया गया है, जो राहगीर ने आम पब्लिक है उसनों दिक्कतों का सामना करना पै रहा है। तो कह सकते हैं कि जो दूसरे पास किसानों के हौसले बेहद ही बुलंद ने, जे किसानों के वलों अगे कुछ किया जाता है तो भारी चुनौती का सामना किसानों भी करना पड़ेगा। लाजमी तौर पर सरबजोत, देखो शंभू बॉर्डर के उत्ते इस समय जो स्थिति है दो तरह के लोग नजर आ रहे हैं। फिलहाल एक मीडिया के लोग जो मेरे वर्गे इतने कवर करने के लिए पहुंचे हुए हैं कवरेज के लिए, तो दूजे हरियाणा पुलिस के। इतने पंजाब पुलिस की भी फिलहाल कोई हरकत नजर नहीं आ रही। मैं गल करा बॉर्डर की, जिथे मैं मौजूद हाँ इतों 250 मीटर अगे जाके एक पंजाब पुलिस का बॉर्डर नजर आता। हुण मैं तुसी जिहड़ा जिक्र कर रहे थे उस पॉइंट के उत्ते आवां। देखो दिक्कतां लाजमी तौर पर उन्होंने लिए होणगियां जो इस वाले पासे वध रहे हैं, इसनों क्रॉस करके दूसरे पासे जाना आसान नहीं होएगा। तो यह तस्वीर इस करके भी खास हो जाती है कि बाकी किसान उस तरीके की तैयारी के नाल आउणगे जिस तरीके की तैयारी हरियाणा के प्रशासन के वल्लों कर दी गई। कि बाकी ही 2020 ते 2024 दीयां तैयारियां दे विच कोई फर्क है किसानों तो लैके जिहड़े इत्थे हरियाणा प्रशासन के लोग ने दोवां दे वल्लों। हरियाणा के प्रशासन ने 2020 वाला सब कुछ देखिया कि बहुत कुछ कर लिया, असी सड़कां पुट दित्तियां, बैरीकेड लगा दिते, स्लैब्स रख दित्तियां, हंजू गैस के गोले छड़ दिते, पानी दियां विछाड़ा मार दित्तियां, किसान नहीं रुके। तो उस तो बाद किसान अगे वधदे गए, अगे जाके सड़कां पुटियां गईयां सी 2020 की स्थिति। हुण 2024 दे विच कि वाकई ही कोई सख्ती वाला मूड होर ज़्यादा होएगा। प्रशासन के हाथ के की हुंदा है, प्रशासन के हाथ के दो तीन चीज़ां ने। पॉइंट नंबर एक कि प्रशासन बैरीकेड करेगा, बैरीकेड्स दीआं बहुत सारियां लेयर्स बना देगा, बहुत ज़्यादा वड्डियां स्लैब्स रख देगा, बहुत भारी भारी स्लैब्स या फिर वह पूरी बैरीकेड्स बना देगा, उस तो बाद हंजू गैस छड़ेगा, उस तो बाद पानी दीआं बछाड़ां छड़ेगा। यही कर सकता प्रशासन। या फिर एक होर तरीका होएगा कि जिहड़े प्रदर्शनकारी उन्हां नूं हिरासत दे विच लैके किसी ओपन जेल दे विच ले जाना शुरू कर दिता जाए, कि उस वाले पासे लैके जाना आसान होएगा। क्योंकि 2-400-500 हज़ार किसान जे पहुंचन तो उन्होंने कंट्रोल करना या हिरासत दे विच लेना तुसी कह सकते हो कि क्वाइट पॉसीबल हुंदा है, पर जेकर उन्होंने तादाद हज़ारों तो वधदी 10-20-50 हज़ार तक पहुंच जाए तो फिर स्थिति की होएगी।
ਮੈਂ ਵਿਨੋਦ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਥੋੜ੍ਹਾ ਜਿਹਾ ਸਾਨੂੰ ਸਾਈਡ ਹੋਣਾ ਪਏਗਾ। ਮੈਂ ਤਸਵੀਰਾਂ ਤੱਕ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ, ਤੁਹਾਨੂੰ ਦਿਖਾਉਂਦਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ, ਜਾਂ ਮੈਂ ਕਹਾਂ ਕਿ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਕਰੇਨਾਂ ਲੱਗੀਆਂ ਹੋਈਆਂ ਨੇ, ਉਹ ਇਸ ਸਮੇਂ ਵੀ ਇੱਥੇ ਵੱਡੇ ਵੱਡੇ ਪੱਥਰਾਂ ਨੂੰ ਚੁੱਕਣ ਦੇ ਵਿੱਚ ਲੱਗੀਆਂ ਹੋਈਆਂ। ਇੱਕ ਪੂਰਾ ਬੈਰੀਕੇਡਿੰਗ ਦਾ ਪ੍ਰੋਸੈਸ ਕੰਪਲੀਟ ਕੀਤਾ ਗਿਆ, ਉਸ ਤੋਂ ਬਾਅਦ ਵੀ ਜਿਹੜੇ ਪੱਥਰ ਨੇ ਉਹਨਾਂ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਦੇ ਵਿੱਚ ਮੈਂ ਜ਼ਿਕਰ ਕਰਾਂ ਸ਼ੰਭੂ ਬਾਰਡਰ ਦੇ ਉੱਤੇ ਤਾਂ ਜਿਹੜੀਆਂ ਰੋਡਸ ਨੇ, ਇੱਕ ਦਿੱਲੀ ਨੂੰ ਜਾਣ ਵਾਲੀ, ਇੱਕ ਦਿੱਲੀ ਤੋਂ ਆਉਣ ਵਾਲੀ, ਇਹ ਦੋਵੇਂ ਰੋਡਸ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰਦੀਆਂ ਨੇ ਔਰ ਪੱਥਰਾਂ ਨੂੰ ਚੱਕਣ ਦਾ ਸਿਲਸਿਲਾ ਜਾਰੀ ਹੈ। ਮੈਂ ਇਸ ਸਮੇਂ ਘੱਗਰ ਦਰਿਆ ਦੇ ਉਸ ਪਾਸੇ ਖੜਾ ਜਿੱਥੋਂ ਬਿਲਕੁਲ ਸਾਹਮਣੇ ਘੱਗਰ ਦਰਿਆ ਨਜ਼ਰ ਆਉਂਦਾ ਹੈ। ਥੋੜ੍ਹੀ ਧੁੰਦ ਸਵੇਰ ਦੇ ਨਾਲੋਂ ਹੁਣ ਹਟ ਚੁੱਕੀ ਹੈ ਔਰ ਧੁੰਦ ਹਟਣ ਤੋਂ ਬਾਅਦ ਅਸੀਂ ਦੂਰ ਤੱਕ ਪਿਕਚਰ ਦੇਖ ਪਾ ਰਹੇ ਹਾਂ ਕਿ ਮੌਜੂਦਾ ਸਥਿਤੀ ਕੀ ਹੈ। ਮੇਰੇ ਸਹਿਯੋਗੀ ਜੇਕਰ ਥੋੜ੍ਹਾ ਜਿਹਾ ਹੋਰ ਅੱਗੇ ਆ ਸਕਣ, ਕਿਉਂਕਿ ਪਿੱਛੇ ਕਰੇਨ ਦਾ ਵੀ ਕੰਮ ਚੱਲ ਰਿਹਾ ਔਰ ਤੁਸੀਂ, ਕਿਉਂਕਿ ਹੁਣ ਬਿਲਕੁਲ ਧੁੰਦ ਹਟੀ ਹੈ ਤਾਂ ਸਾਹਮਣੇ ਸਾਨੂੰ ਬੈਰੀਕੇਡਿੰਗ ਤੋਂ ਬਾਅਦ ਕਿਸ ਤਰੀਕੇ ਦਾ ਪੁਲ ਤੋਂ ਬਾਅਦ ਨਜ਼ਾਰਾ ਹੈ ਉਹ ਨਜ਼ਰ ਆਉਂਦਾ ਹੈ। ਦੂਰ ਤੱਕ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਸਰਬ ਜੀ, ਇੱਥੇ ਦੋ ਤਰ੍ਹਾਂ ਦੇ ਲੋਕ ਨਜ਼ਰ ਆ ਰਹੇ ਨੇ, ਇੱਕ ਮੀਡੀਆ ਪਰਸਨੈਲਿਟੀਜ਼ ਨਜ਼ਰ ਆ ਰਹੀਆਂ ਨੇ, ਉਸ ਤੋਂ ਬਾਅਦ ਜਿਹੜੇ ਬੈਰੀਕੇਡਿੰਗ ਕਰਕੇ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ, ਰੈਪਿਡ ਐਕਸ਼ਨ ਫੋਰਸ ਹੈ ਜਾਂ ਫਿਰ ਹੋਰ ਜਿਹੜੇ ਦਸਤੇ ਲਗਾਏ ਗਏ ਨੇ, ਉਹ ਨਜ਼ਰ ਆ ਰਹੇ ਨੇ। ਤਾਂ ਪੁਲ ਦੀਆਂ ਦੋਵੇਂ ਤਸਵੀਰਾਂ ਇਸ ਸਮੇਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਜੇ ਅਸੀਂ ਥੋੜ੍ਹਾ ਜਿਹਾ ਹੋਰ ਅੱਗੇ ਆ ਸਕੀਏ ਤਾਂ ਤਸਵੀਰਾਂ ਅਸੀਂ ਹੋਰ ਥੋੜ੍ਹੀਆਂ ਕਲੀਅਰ ਦਿਖਾ ਸਕਾਂਗੇ। ਇਸ ਸਮੇਂ ਸ਼ੰਭੂ ਬਾਰਡਰ ਦੇ ਉੱਤੇ ਜੇ ਤਸਵੀਰ ਦੇਖਣੀ ਹੈ, ਬੈਸਟ ਵਿਊ ਹੈ ਇਹ, ਇੱਥੋਂ ਖੜ ਕੇ ਤੁਹਾਨੂੰ ਪੂਰੀ ਤਸਵੀਰ ਇੱਕਦਮ ਨਜ਼ਰ ਆਏਗੀ, ਫਰੋਮ ਰਾਈਟ ਟੂ ਲੈਫਟ, ਇੱਥੋਂ ਲੈ ਕੇ ਦੂਸਰੇ ਕਾਰਨਰ ਤੱਕ ਉਹ ਤਸਵੀਰਾਂ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰ ਦੇਣਗੀਆਂ। ਪਹਿਲਾਂ ਮੈਂ ਰਾਈਟ ਵਾਲੇ ਪਾਸੇ ਤੋਂ ਸ਼ੁਰੂ ਹੁੰਦਾ, ਜਿਹੜੀ ਤੁਸੀਂ ਇਸ ਸਮੇਂ ਰੋਡ ਦੇਖ ਰਹੇ ਹੋ, ਥੋੜ੍ਹਾ ਜ਼ੂਮ ਆਊਟ ਹੀ ਰੱਖਾਂਗੇ ਵਿਨੋਦ ਆਪਾਂ, ਜਿਹੜੀ ਤੁਸੀਂ ਇਸ ਸਮੇਂ ਰੋਡ ਦੇਖ ਰਹੇ ਹੋ ਇਹ ਦਿੱਲੀ ਜਾਣ ਵਾਲੀ ਹੈ, ਤਾਂ ਉੱਥੇ ਵੀ ਵੱਡੀਆਂ ਵੱਡੀਆਂ ਸਲੈਬਸ ਦੇ ਉੱਤੇ ਹੁਣ ਜ਼ੂਮ ਕਰਕੇ ਅਸੀਂ ਦੇਖਾਂਗੇ, ਉੱਥੇ ਜਿਹੜੇ ਪੈਰਾਮਿਲਟਰੀ ਫੋਰਸ ਜਾਂ ਹਰਿਆਣਾ ਪੁਲਿਸ ਦੇ ਜਵਾਨ ਲੱਗੇ ਹੋਏ ਨੇ, ਉਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ। ਧੁੰਦ ਹਜੇ ਵੀ ਹੈ ਥੋੜ੍ਹੀ ਥੋੜ੍ਹੀ, ਉਸ ਤੋਂ ਬਾਅਦ ਅੱਗੇ ਜਾ ਕੇ ਤੁਹਾਨੂੰ ਜਿਹੜੀਆਂ ਵਰੁਣ ਗੱਡੀ ਨਜ਼ਰ ਆ ਰਹੀ ਹੈ, ਜਿਸ ਦੇ ਜ਼ਰੀਏ ਪਾਣੀ ਦੀਆਂ ਵਿਛਾੜਾਂ ਛੱਡੀਆਂ ਜਾ ਸਕਦੀਆਂ ਨੇ, ਉਸ ਦੇ ਨਾਲ ਤੁਹਾਨੂੰ ਇੱਕ ਜਿਹੜੀ ਟੀਅਰ ਗੈਸ ਛੱਡੀ ਜਾ ਸਕਦੀ ਹੈ, ਉਹ ਤਸਵੀਰ ਨਜ਼ਰ ਆ ਰਹੀ ਹੈ। ਇੱਕ ਪਾਸੇ ਦੀ ਤਸਵੀਰ ਹੋਗੀ, ਹੁਣ ਆਪਾਂ ਹੌਲੀ ਹੌਲੀ ਪਿੱਛੇ ਆਉਂਦੇ ਹਾਂ, ਜ਼ੂਮ ਆਊਟ ਕਰਾਂਗੇ ਔਰ ਤਸਵੀਰ ਇੱਕ ਵਾਰੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ। ਇਹ ਸ਼ੰਭੂ ਬਾਰਡਰ ਦੇ ਉੱਤੇ ਖੜੇ ਹੋ ਕੇ ਹਰ ਇੱਕ ਚੀਜ਼ ਨੂੰ ਦੇਖਣ ਦਾ ਬੈਸਟ ਵਿਊ ਹੈ। ਇਸ ਥਾਂ ਤੋਂ ਖੜ ਕੇ ਤੁਸੀਂ ਸ਼ੰਭੂ ਵਾਲੇ ਪਾਸੇ ਜਾਣ ਨੂੰ, ਜਾਂ ਤੁਸੀਂ ਕਹੋ ਕਿ ਦਿੱਲੀ ਜਾਣ ਨੂੰ ਜਾਂ ਦਿੱਲੀ ਤੋਂ ਆਉਣ ਦੇ ਲਈ, ਇੱਥੋਂ ਖੜ ਕੇ ਤੁਸੀਂ ਬਿਲਕੁਲ ਕਲੀਅਰ ਪਿਕਚਰ ਦੇਖ ਸਕਦੇ ਹੋ, ਸਮਝ ਸਕਦੇ ਹੋ। ਹੁਣ ਮੈਂ ਤੁਹਾਨੂੰ ਰਾਈਟ ਤੋਂ ਲੈਫਟ ਵਾਲੇ ਪਾਸੇ ਲੈ ਕੇ ਜਾਵਾਂਗਾ, ਵਿਚਾਲੇ ਘੱਗਰ ਦਰਿਆ ਜਿਹੜਾ ਪਾਣੀ ਵਗਦਾ ਹੋਇਆ ਨਜ਼ਰ ਆ ਰਿਹਾ, ਉਹ ਆਪਾਂ ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਦਿਖਾਇਆ, ਬਿਲਕੁਲ ਨੇੜੇ ਜਾ ਕੇ ਕਿ ਉੱਥੇ ਪਾਣੀ ਕਿੰਨਾ ਵਹਾ ਹੈਗਾ ਅਤੇ ਕਿਵੇਂ ਉਸਨੂੰ ਕ੍ਰੋਸ ਲੂਕ ਕਰਕੇ ਜਾ ਰਹੇ ਸੀ। ਫਿਲਹਾਲ ਪਾਣੀ ਕ੍ਰੋਸ ਕਰਦਾ ਵੀ ਸਾਨੂੰ ਕੋਈ ਨਜ਼ਰ ਨਹੀਂ ਆ ਰਿਹਾ, ਕਿਉਂਕਿ ਜਿਹੜੇ ਪੈਦਲ ਲੋਕ ਨੇ ਉਹਨਾਂ ਨੂੰ ਵੀ ਜਾਣ ਦੀ ਫਿਲਹਾਲ ਕੋਈ ਇਜਾਜ਼ਤ ਨਹੀਂ ਹੈ। ਹੁਣ ਮੈਂ ਰਾਈਟ ਵਾਲੀ ਲੈਫਟ ਤੋਂ ਰਾਈਟ ਵਾਲੇ ਪਾਸੇ ਆ ਗਿਆ, ਰਾਈਟ ਵਾਲੇ ਪਾਸੇ ਤੁਸੀਂ ਦੇਖ ਲਓ, ਇੱਥੇ ਵੀ ਉਸ ਤਰੀਕੇ ਦੇ ਇੰਤਜ਼ਾਮ ਨਜ਼ਰ ਆ ਰਹੇ ਨੇ, ਸਲੈਬਸ ਨਜ਼ਰ ਆ ਰਹੀਆਂ ਨੇ, ਸਲੈਬਸ ਤੋਂ ਪਿੱਛੇ ਜਿਹੜੀਆਂ ਟੀਅਰ ਗੈਸ ਛੱਡਣ ਵਾਸਤੇ ਜਾਂ ਪਾਣੀ ਦੀਆਂ ਵਿਛਾੜਾਂ ਛੱਡਣ ਵਾਸਤੇ ਤੁਹਾਨੂੰ ਨਜ਼ਰ ਆਉਣਗੀਆਂ। ਹੁਣ ਮੈਂ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣਾ, ਥੋੜ੍ਹੀ ਜਿਹੀ ਜ਼ੂਮ ਕਰਕੇ ਜੇਕਰ ਦਿਖਾ ਸਕੀਏ, ਕਿਉਂਕਿ ਬਹੁਤ ਧੁੰਦ ਵਾਲਾ ਮੌਸਮ ਹੈ, ਇਸ ਕਰਕੇ ਥੋੜ੍ਹਾ ਜਿਹਾ ਦੇਖਣ ਦੇ ਵਿੱਚ ਸਾਨੂੰ ਦਿੱਕਤ ਜ਼ਰੂਰ ਆ ਰਹੀ ਹੈ। ਮੈਂ ਤੁਹਾਨੂੰ ਡਿਫਾਈਨ ਜ਼ਰੂਰ ਕਰ ਦਿੰਦਾ, ਦਰਅਸਲ ਇਹ ਤਸਵੀਰ ਇਸ ਕਰਕੇ ਦਿਖਾਉਣੀ ਚਾਹ ਰਿਹਾ ਸੀ ਕਿਉਂਕਿ ਕੁਝ ਲਾਊਡ ਸਪੀਕਰ ਦਾ ਇਸਤੇਮਾਲ ਕੀਤਾ ਜਾ ਰਿਹਾ, ਲਾਊਡ ਸਪੀਕਰ ਲਗਾਏ ਜਾ ਰਹੇ ਨੇ। ਮੈਂ ਪੁਲ ਦੇ ਉੱਤੇ ਜਿੰਨੇ ਦੇਖ ਰਹੇ ਹਾਂ ਪੋਲਸ ਲੱਗੇ ਹੋਏ ਨੇ ਸਟਰੀਟ ਲਾਈਟ ਦੇ, ਉਹਨਾਂ ਦੇ ਉੱਤੇ ਤੁਹਾਨੂੰ ਸੀ ਸੀ ਟੀ ਵੀ ਨਜ਼ਰ ਆਏਗਾ। ਜਿਹੜੇ ਇੱਥੇ ਪੁਲਿਸ ਦੇ ਜਵਾਨ ਨਜ਼ਰ ਆ ਰਹੇ ਨੇ ਉਹ ਦੋ ਤਿੰਨ ਤਰੀਕੇ ਦੇ ਨਾਲ ਐਕਟਿਵ ਨੇ। ਇੱਕ ਹੈਗੇ ਨੇ ਕਿ ਉਹਨਾਂ ਦੇ ਬੁਲੇਟ ਪਰੂਫ ਜੈਕਟਸ ਨੇ, ਉਹਨਾਂ ਦੇ ਕੋਲ ਜਿਹੜੀ ਮੌਬ ਕੋਈ ਮੂਵ ਕਰਦੀ ਹੈ ਉਹਨਾਂ ਨੂੰ ਰੋਕਣ ਦੇ ਲਈ ਕੁਝ ਤਿਆਰੀਆਂ ਨੇ, ਪੈਰਲਰ ਉਹਨਾਂ ਦੇ ਕੋਲ ਕੈਮਰਾਜ਼ ਹੈਗੇ ਨੇ, ਉਹਨਾਂ ਦੇ ਕੋਲ ਮੋਬਾਈਲ ਕੈਮਰਾ ਜਾਂ ਦੂਜੇ ਜਿਹੜੇ ਹਾਈਟੈਕ ਕੈਮਰਾ ਹੁੰਦੇ ਨੇ ਉਹਨਾਂ ਦੇ ਜ਼ਰੀਏ ਵੀ ਉਹ
ਵੀਡੀਓ ਰਿਕਾਰਡਿੰਗਸ ਕਰ ਰਹੇ ਨੇ। ਫਿਲਹਾਲ ਮੀਡੀਆ ਵਾਲੇ ਨੇ ਉਹਨਾਂ ਦੀਆਂ ਵੀ ਰਿਕਾਰਡਿੰਗਸ ਹੋ ਰਹੀਆਂ ਨੇ ਕਿ ਕੌਣ ਕੌਣ ਇੱਥੇ ਪਹੁੰਚਿਆ ਹੋਇਆ, ਕਿਵੇਂ ਕਿਵੇਂ ਇੱਥੇ ਪਹੁੰਚੇ ਹੋਏ ਨੇ, ਤਾਂ ਇਹ ਇੱਕ ਤਸਵੀਰ ਹੈ। ਅਤੇ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਸੀਸੀਟੀਵੀ ਦੇ ਜ਼ਰੀਏ ਜਾਂ ਫਿਰ ਜਿਹੜੇ ਕੈਮਰਿਆਂ ਦੇ ਜ਼ਰੀਏ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਕਿਸਾਨ ਇੱਥੇ ਵੱਧਦੇ ਨੇ, ਜਿਹੜੇ ਬਿਲਕੁਲ ਮੂਹਰੇ ਹੋਣਗੇ, ਜਿਹੜੇ ਬੈਰੀਕੇਡ ਤੱਕ ਪਹੁੰਚਦੇ ਨੇ, ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਫਿਰ ਉਹਨਾਂ ਦੀ ਵੀਡੀਓਗ੍ਰਾਫੀ ਹੋ ਸਕੇ। ਤੁਹਾਨੂੰ ਯਾਦ ਹੋਏਗਾ ਕਿ ਦਿੱਲੀ ਦੇ ਵਿੱਚ ਕੀ ਹੋਇਆ ਸੀ 26 ਜਨਵਰੀ 2021 ਨੂੰ, ਕਿ ਜਦੋਂ ਮੂਵ ਕੀਤੇ ਲਾਲ ਕਿਲੇ ਵਾਲੇ ਪਾਸੇ ਜਾਂ ITO ਵਾਲੇ ਪਾਸੇ ਦਿੱਲੀ ਦੇ ਵਿੱਚ, ਤਾਂ ਉੱਥੇ ਜਾ ਕੇ ਵੀਡੀਓਗ੍ਰਾਫੀ ਹੋ ਗਈ। ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਵੀਡੀਓਗ੍ਰਾਫੀ ਦੇ ਜ਼ਰੀਏ। ਤਾਂ ਉਹ ਇੱਕ ਤਰੀਕੇ ਨਾਲ ਇੰਤਜ਼ਾਮ ਕੀਤੇ ਗਏ ਨੇ ਕਿ ਜਿਹੜੇ ਇੱਥੇ ਲੋਕ ਪਹੁੰਚਣਗੇ ਉਹਨਾਂ ਦੀ ਇੱਕ ਵੀਡੀਓ ਰਿਕਾਰਡ ਹੋਵੇ ਕਿ ਕਿਹੜੇ ਲੋਕ ਉੱਥੇ ਪਹੁੰਚੇ ਹੋਏ ਸੀ, ਕਿਹਨਾਂ ਨੇ ਬੈਰੀਕੇਡ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਹਨਾਂ ਨੇ ਉੱਥੇ ਉਪਦਰਵ ਕੀਤਾ, ਹੁੜਦੰਗ ਕੀਤਾ। ਤਾਂ ਉਹ ਸਾਰੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰਦੀਆਂ ਨੇ। ਤਾਂ ਇਹ ਸ਼ੰਭੂ ਬਾਰਡਰ ਦੀ ਸਥਿਤੀ ਇਸ ਸਮੇਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਹੁਣ ਥੋੜ੍ਹਾ ਜਿਹਾ ਪਿੱਛੇ ਹੋਵਾਂਗਾ ਤਾਂ ਕਿ ਹੋਰ ਤਸਵੀਰਾਂ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ, ਮੇਰੇ ਸਹਿਯੋਗੀ ਵਿਨੋਦ। ਇਨਫੈਕਟ ਮੈਂ ਇੱਕ ਹੋਰ ਤੁਹਾਨੂੰ ਚੀਜ਼ ਦੱਸਣ ਦੀ ਕੋਸ਼ਿਸ਼ ਕਰਾਂ ਕਿ ਕੋਈ ਰਾਹ ਪੱਧਰਾ ਨਹੀਂ ਹੈ ਇੱਥੇ ਕਿ ਜਿਸ ਦੇ ਉੱਤੇ ਤੁਸੀਂ ਬਹੁਤ ਆਸਾਨੀ ਦੇ ਨਾਲ ਤੁਰ ਸਕੋ। ਬਿਲਕੁਲ ਰੋਡ ਹੈ, ਰੋਡ ਦੇ ਉੱਤੇ ਪ੍ਰੋਪਰ ਬਲੋਕ ਜਿਹੜੇ ਬਲੋਕ ਕੀਤੇ ਗਏ ਵੱਡੇ ਵੱਡੇ ਸਲੈਬਸ ਦੇ ਨਾਲ, ਅਤੇ ਉਸ ਤੋਂ ਬਾਅਦ ਜਿਹੜੀ ਬਾਕੀ ਦੀ ਰੋਡ ਆ ਉਸਨੂੰ ਕਿਤੇ ਪੁੱਟ ਦਿੱਤਾ ਗਿਆ ਹੈ, ਕਿਤੇ ਉਬੜ ਖਾਬੜ ਹੋ ਚੁੱਕੀ ਹੈ, ਜਿਸ ਦੇ ਉੱਤੇ ਤੁਰਨਾ ਮੁਸ਼ਕਿਲ ਹੈ, ਜਿਸ ਦੇ ਉੱਤੇ ਬਹੁਤ ਕਲੀਅਰਲੀ ਤੁਸੀਂ ਆਰਾਮ ਦੇ ਨਾਲ ਤੁਰ ਨਹੀਂ ਸਕਦੇ। ਤਾਂ ਉਹ ਤਸਵੀਰਾਂ ਨੇ, ਮੈਂ ਕ੍ਰੇਨ ਦਾ ਜ਼ਿਕਰ ਕਰ ਰਿਹਾ ਸੀ, ਕ੍ਰੇਨਸ ਵੀ ਅਲੱਗ ਅਲੱਗ ਤਰੀਕੇ ਨਾਲ ਹਜੇ ਵੀ ਜਿਹੜੇ ਬਲੋਕਸ ਪਏ ਨੇ ਇੱਕ ਇੱਕ ਕਰਕੇ ਉਹਨਾਂ ਨੂੰ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜ੍ਹਾ ਸਾਈਡ ਹੋ ਜਾਈਏ ਕਿਉਂਕਿ ਜਿਹੜੇ ਇਹ ਪ੍ਰਸ਼ਾਸਨ ਦਾ ਕੰਮ ਜ਼ਰੂਰ ਇਸ ਸਮੇਂ ਪ੍ਰਸ਼ਾਸਨ ਲੱਗਿਆ ਹੋਇਆ। ਤਾਂ ਉਹ ਤਸਵੀਰਾਂ ਅਸੀਂ ਆਪਣੇ ਤੱਕ ਜ਼ਰੂਰ ਪਹੁੰਚਾ ਰਹੇ ਹਾਂ, ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾ ਰਹੇ ਹਾਂ। ਤੁਸੀਂ ਦੇਖੋ ਕਿ ਇਸ ਸਮੇਂ ਜਿਹੜੀਆਂ ਤਿਆਰੀਆਂ ਨੇ, ਆਮ ਤੌਰ 'ਤੇ ਕੀ ਹੁੰਦਾ, ਇੱਕ ਹੋਰ ਸਾਰਾ ਬਹੁਤ ਇੰਪੋਰਟੈਂਟ ਗੱਲ ਜਿਹੜੀ ਇੱਥੇ ਆ ਕੇ ਅਸੀਂ ਫੀਲ ਕੀਤੀ, ਅਲੱਗ ਅਲੱਗ ਥਾਵਾਂ ਦੇ ਉੱਤੇ ਜਾ ਕੇ ਆਪਾਂ ਕਵਰੇਜ ਕਰਦੇ ਹਾਂ, ਤਸਵੀਰਾਂ ਦਿਖਾਉਂਦੇ ਹਾਂ। ਫਰਜ਼ ਕਰ ਲਓ ਕਿ ਕੋਈ ਸਮਾਗਮ ਰੱਖਿਆ ਗਿਆ ਹੈ ਜਿਵੇਂ 13 ਫਰਵਰੀ ਨੂੰ, ਤਾਂ ਉਹਦੀਆਂ ਤਿਆਰੀਆਂ 13 ਫਰਵਰੀ ਸਵੇਰੇ 6 ਵਜੇ ਤੱਕ ਚੱਲਦੀਆਂ ਰਹਿੰਦੀਆਂ। ਅਤੇ ਇੱਥੇ ਦਿੱਲੀ ਕੂਚ ਦਾ ਐਲਾਨ 13 ਫਰਵਰੀ ਦਾ, ਅਤੇ ਉਸ ਤੋਂ 24-48 ਘੰਟੇ ਪਹਿਲਾਂ ਹੀ ਤਕਰੀਬਨ ਤਿਆਰੀਆਂ ਪ੍ਰਸ਼ਾਸਨ ਨੇ ਮੁਕੰਮਲ ਕਰ ਲਈਆਂ। ਜਿਹੜੀ ਬੈਰੀਕੇਡਿੰਗ ਸੀ ਅੱਗੇ ਜਾਣ ਦਾ ਜਿਹੜਾ ਰਾਹ ਸੀ ਉਸਨੂੰ ਬਲੋਕ ਕਰ ਦਿੱਤਾ ਗਿਆ ਪ੍ਰੋਪਰ। ਹਾਂ, ਹੁਣ ਜਿਹੜਾ ਇਹ ਬਲੋਕਸ ਹੈਗੇ ਨੇ ਇੱਕ ਚੁੱਕ ਚੁੱਕ ਕੇ ਰੱਖੇ ਜਾ ਰਹੇ ਨੇ। ਬੇਸਿਕਲੀ ਕੀ ਹੈ ਕਿ ਇੱਕ ਪ੍ਰੋਪਰ ਬੈਰੀਕੇਡ ਕੀਤਾ ਗਿਆ, ਔਰ ਬੈਰੀਕੇਡ ਤੋਂ ਬਾਅਦ ਮੈਂ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਕਿ ਤਸਵੀਰਾਂ ਆਪਣੇ ਦਰਸ਼ਕਾਂ ਤੱਕ ਹੋਰ ਪਹੁੰਚਾ ਸਕਾਂ ਕਿ ਜਿਹੜੇ ਬੈਰੀਕੇਡਸ ਅੱਗੇ ਕੀਤੇ ਗਏ ਨੇ ਉਹਨਾਂ ਬੈਰੀਕੇਡਸ ਤੋਂ ਬਾਅਦ ਵੀ ਇੱਕ ਲੇਅਰ ਬਣਾਉਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇੱਥੇ ਕ੍ਰੇਨ ਲੱਗੀ ਹੋਈ ਹੈ, ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਕ੍ਰੇਨ ਪਹੁੰਚੀ ਹੈ। ਲੱਗ ਰਿਹਾ ਜਿਵੇਂ ਕਿ ਬਾਅਦ ਦੇ ਵਿੱਚ ਪ੍ਰਸ਼ਾਸਨ ਨੇ ਤੈਅ ਕੀਤਾ ਕਿ ਠੀਕ ਹੈ ਤੁਹਾਡੇ ਕੋਲ ਬਲੋਕਸ ਪਏ ਨੇ, ਇਹਨਾਂ ਨੂੰ ਵੀ ਚੁੱਕ ਕੇ ਰੱਖ ਦਿਓ ਅਤੇ ਇਹਨਾਂ ਨੂੰ ਵੀ ਉਸ ਪੂਰੀ ਕੈਂਪੇਨ ਦਾ ਹਿੱਸਾ ਬਣਾ ਦਿਉ, ਉਸ ਪੂਰੀਆਂ ਤਿਆਰੀਆਂ ਦਾ ਹਿੱਸਾ ਬਣਾ ਦਿਉ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਖੈਰ, ਤਿਆਰੀਆਂ ਦਾ ਇਸ ਸਮੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਦੇ ਨਾਲ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਕੁਝ ਆਗੂਆਂ ਦੇ ਨਾਲ ਵੀ ਗੱਲਬਾਤ ਕਰ ਸਕੀਏ, ਉਹਨਾਂ ਤੋਂ ਸਮਝ ਸਕੀਏ ਕਿ ਉਹ ਕੀ ਸਥਿਤੀ ਨੂੰ ਦੇਖ ਰਹੇ ਨੇ। ਸਾਡੇ ਨਾਲ ਇਸ ਸਮੇਂ ਫੋਨ ਲਾਈਨ ਦੇ ਉੱਤੇ ਪਿੱਛੇ ਤਿਆਰੀਆਂ ਮੇਰੇ ਜ਼ਰੂਰ ਦਿਖ ਰਹੀਆਂ ਨੇ, ਫੋਨ ਲਾਈਨ ਦੇ ਉੱਤੇ ਹਰਜੀਤ ਗਰੇਵਾਲ ਜੀ ਜੁੜ ਚੁੱਕੇ ਨੇ। ਗਰੇਵਾਲ ਸਾਹਿਬ ਬੀਜੇਪੀ ਦੇ ਸੀਨੀਅਰ ਆਗੂ ਨੇ। ਗਰੇਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਸਥਿਤੀ ਕੰਟਰੋਲ ਦੇ ਵਿੱਚ ਕਰਨ ਦੇ ਲਈ ਕੀ ਬੈਰੀਕੇਡਸ ਜ਼ਰੂਰੀ ਹੁੰਦੇ ਨੇ ਜਾਂ ਗੱਲਬਾਤ ਦੇ ਬੈਰੀਕੇਡਸ ਨੂੰ ਹਟਾਉਣਾ ਜ਼ਰੂਰੀ ਹੁੰਦਾ ਹੈ? ਅਸੀਂ ਇਸ ਸਮੇਂ ਸ਼ੰਭੂ ਬਾਰਡਰ ਤੇ ਗਰੇਵਾਲ ਸਾਹਿਬ ਮੈਂ ਖੜ ਕੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਲੋਕ ਜਾਣਨਾ ਚਾਹੁੰਦੇ ਨੇ ਕਿ ਇੰਨੀਆਂ ਜੰਗੀ ਪੱਧਰ ਦੇ ਉੱਤੇ ਤਿਆਰੀਆਂ ਕੀਤੀਆਂ ਗਈਆਂ ਨੇ ਕਿ ਬਾਕੀ ਹਰਿਆਣਾ ਦੇ ਪ੍ਰਸ਼ਾਸਨ ਨੂੰ ਇਸ ਦੀ ਜ਼ਰੂਰਤ ਸੀ ਜਾਂ ਚਾਹੀਦੇ ਸੀ ਜਾਂ ਕਿਸਾਨਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਗੱਲਬਾਤ ਕਰਕੇ ਪਹਿਲਾਂ ਹੀ ਮਸਲੇ ਨੂੰ ਹੱਲ ਕਰ ਲਿਆ ਜਾਂਦਾ? ਤੁਹਾਡਾ ਰਿਐਕਸ਼ਨ ਜ਼ਰੂਰ ਜਾਣਨਾ ਚਾਹਾਂਗੇ ਗਰੇਵਾਲ ਸਾਹਿਬ। ਗੱਲਬਾਤ ਜ਼ਰੂਰੀ ਹੈ, ਅਸੀਂ ਤਾਂ ਇਹੀ ਸਮਝਦੇ ਹਾਂ ਗੱਲਬਾਤ ਨਾਲ ਹੱਲ ਹੋਣਾ ਚਾਹੀਦਾ। ਇਹਦੇ ਨਾਲ ਪੰਜਾਬ ਦਾ ਵੀ ਬਹੁਤ ਨੁਕਸਾਨ ਹੁੰਦਾ, ਦਿੱਲੀ ਦਾ ਬਿਜ਼ਨਸ ਦਾ ਨੁਕਸਾਨ ਆ, ਲੋਕਾਂ ਨੇ ਜ਼ਰੂਰੀ ਕੰਮਾਂ ਲਈ ਆਉਣਾ ਜਾਣਾ ਹੁੰਦਾ ਉਹਨਾਂ ਦਾ ਨੁਕਸਾਨ ਆ,
ਉਹ ਨਾ ਹੋਵੇ, ਕਿਉਂਕਿ ਕਿਸਾਨ ਵੀ ਤਾਂ ਪੰਜਾਬ ਦੇ ਹੀ ਵਸਿੰਦੇ ਨੇ, ਜੇ ਪੰਜਾਬ ਦਾ ਨੁਕਸਾਨ ਹੋਏਗਾ ਤਾਂ ਉਹਨਾਂ ਦਾ ਵੀ ਨੁਕਸਾਨ, ਇਸ ਕਰਕੇ ਉਹ ਨਹੀਂ ਹੋਣਾ ਚਾਹੀਦਾ ਔਰ ਇਹ ਗੱਲਬਾਤ ਨਾਲ ਹੀ ਹੱਲ ਹੋਣਾ ਚਾਹੀਦਾ। ਮੈਂ ਤਾਂ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਅਪੀਲ ਕਰੂੰਗਾ ਕਿ ਉਹ ਗੱਲਬਾਤ ਨਾਲ ਗੱਲਬਾਤ ਦੇ ਲਈ ਸੁਹਿਰਦ ਹੋਣ, ਗੱਲਬਾਤ ਨਾਲ ਇਸ ਨੂੰ ਹੱਲ ਕਰਨ, ਔਰ ਸਰਕਾਰੀ ਨੁਮਾਇੰਦੇ ਗੱਲ ਕਰਨਾ ਚਾਹੁੰਦੇ ਤਾਂ ਵੀ ਤਾਂ ਤਿੰਨ ਤਿੰਨ ਮਿਨਿਸਟਰ ਆ ਰਹੇ ਨੇ, ਤਾਂ ਇਸ ਕਰਕੇ ਇਹ ਇਹਨਾਂ ਨੂੰ ਗੱਲਬਾਤ ਨਾਲ ਹੱਲ ਕਰਨਾ ਚਾਹੀਦਾ ਔਰ ਇਸ ਦਾ ਪੰਜਾਬ ਦੇ ਲੋਕ ਵੀ ਇਹੀ ਚਾਹੁੰਦੇ ਨੇ। ਪ੍ਰਦਰਸ਼ਨ ਹੋਇਆ ਉਹਨਾਂ ਦੇ ਵਿੱਚ ਤੁਹਾਡੀਆਂ ਟਿੱਪਣੀਆਂ ਖੂਬ ਸੁਰਖੀਆਂ ਦੇ ਵਿੱਚ ਰਹੀਆਂ, ਕਿਸਾਨ ਆਗੂਆਂ ਦੇ ਕਿਸਾਨ ਜਿਹੜੇ ਉੱਥੇ ਪ੍ਰਦਰਸ਼ਨਕਾਰੀ ਪਹੁੰਚੇ ਸੀ ਉਹਨਾਂ ਦੀਆਂ ਟਿੱਪਣੀਆਂ ਤੁਹਾਡੇ ਖਿਲਾਫ ਬਹੁਤ ਰਹੀਆਂ, ਲੋਕਾਂ ਨੇ ਸੁਣੀਆਂ ਨੇ। ਮੇਰਾ ਸਵਾਲ ਤੁਹਾਨੂੰ ਇਹ ਹੈ ਕਿ 20 ਤੇ 24 ਦੇ ਵਿੱਚ ਕੋਈ ਫਰਕ ਨਜ਼ਰ ਆ ਰਿਹਾ ਤੁਹਾਨੂੰ? ਸਾਨੂੰ ਜੋ ਫਰਕ ਨਜ਼ਰ ਆ ਰਿਹਾ ਕਿ ਹਰਿਆਣਾ ਪ੍ਰਸ਼ਾਸਨ ਨੇ ਤਿਆਰੀ ਪਿਛਲੀ ਵਾਰ ਨਾਲੋਂ ਇਸ ਵਾਰੀ ਬਹੁਤ ਵੱਡੇ ਪੱਧਰ ਦੇ ਉੱਤੇ ਕੀਤੀ ਹੋਈ ਹੈ। ਦੇਖੋ ਮੈਂ ਇਹ ਗੱਲ ਸਮਝਦਾ ਹੈਗਾ ਕਿ ਮੇਰੇ ਲਈ ਤਾਂ ਜਿੰਨੀਆਂ ਮਰਜ਼ੀ ਟਿੱਪਣੀਆਂ ਹੋਰ ਕਰ ਲੈਣ, ਪਰ ਇਹ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ, ਦੇਸ਼ ਦਾ ਨੁਕਸਾਨ ਹੋ ਰਿਹਾ, ਇਹ ਨਾ ਹੋ ਔਰ ਕਿਸਾਨਾਂ ਦੀਆਂ ਜੈਨੂਅਨ ਮੰਗਾਂ ਜਿਹੜੀਆਂ ਨੇ ਉਹ ਜ਼ਰੂਰ ਅਡਰੈਸ ਹੋਣੀਆਂ ਚਾਹੀਦੀਆਂ ਨੇ, ਹੱਲ ਹੋਣੀਆਂ ਚਾਹੀਦੀਆਂ ਨੇ। ਅਤੇ ਜੈਨੂਅਨ ਮੰਗਾਂ ਕਈ ਜਿਸ ਤਰ੍ਹਾਂ ਹੁਣ ਉੱਥੋਂ ਦੀ ਸਰਕਾਰ ਨੇ ਯੂਪੀ ਨੇ 3,000 ਰੁਪਏ ਦੀ ਪੈਨਸ਼ਨ ਕਰਤੀ ਹੈ ਅਤੇ ਇਹਨਾਂ ਨੂੰ ਵੀ ਦਿੱਤੀ ਜਾ ਸਕਦੀ ਹੈ, ਪੰਜਾਬ ਸਰਕਾਰ ਵੀ ਸਵੇਰ ਤੋਂ ਹੋਵੇ ਇਹਦੇ ਲਈ। ਅਤੇ MSP ਦੀ ਗੱਲ ਆ, 23 ਫਸਲਾਂ 'ਤੇ MSP ਹਰਿਆਣਾ ਸਰਕਾਰ ਨੇ ਦੇ ਰੱਖੀ ਹੈ, ਜਿਹੜੀ ਸਬਜ਼ੀਆਂ ਵਗੈਰਾ ਨੇ ਕੇਰਲਾ ਸਰਕਾਰ ਨੇ ਦੇ ਰੱਖੀ ਆ, ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਸਵੇਰ ਦੇਣਾ ਚਾਹੀਦਾ ਔਰ ਉਹਨੂੰ ਵੀ ਉਹ MSP 'ਚ ਯੋਗਦਾਨ ਪਾਉਣਾ ਚਾਹੀਦਾ, ਕਰਨੀ ਚਾਹੀਦੀ ਆ। ਅਤੇ ਇਹ ਜ਼ਰੂਰੀ ਆ ਕਿਉਂਕਿ ਕਿਸਾਨ, ਜੇ ਅਸੀਂ ਪੰਜਾਬ ਨੂੰ ਬਚਾਉਣਾ ਤਾਂ ਕਿਸਾਨ ਨੂੰ ਬਚਾਉਣਾ ਜ਼ਰੂਰੀ ਆ ਉਹਦੇ 'ਚ, ਕਿਉਂਕਿ ਖੇਤੀ 'ਤੇ ਬਹੁਤ ਜ਼ਿਆਦਾ ਲੋਕ ਡਿਪੈਂਡੈਂਟ ਨੇ, ਜਿਹੜੇ ਮੂੰਗਫਲੀ ਦੀ ਰੇਹੜੀ ਲਾਉਂਦੇ ਆ ਉਹ ਵੀ ਖੇਤੀ ਆ ਡਿਪੈਂਡੈਂਟ। ਗਰੇਵਾਲ ਸਾਹਿਬ ਇੱਕ ਹੋਰ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੁੰਦਾ, ਤੁਸੀਂ ਉਸ ਦੌਰ ਦੇ ਵਿੱਚ ਗੱਲਬਾਤ ਜਿਹੜੀ ਹੋ ਰਹੀ ਸੀ 11-12 ਫੇਜ਼ ਦੀ ਗੱਲਬਾਤ ਹੋਈ ਹੈ 2020-21 ਦੇ ਵਿੱਚ, ਉਸ ਤੋਂ ਬਾਅਦ ਮੌਜੂਦਾ ਸਮੇਂ ਦੇ ਵਿੱਚ ਵੀ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ, ਇਨਫੈਕਟ ਅੱਜ ਵੀ ਸਾਡੇ ਕੋਲ ਜਾਣਕਾਰੀ ਹੈ ਕਿ ਮੀਟਿੰਗ ਹੋਣ ਜਾ ਰਹੀ ਹੈ, ਤੁਹਾਨੂੰ ਲੱਗਦਾ ਕਿ ਕੋਈ ਹੱਲ ਕੱਢਿਆ ਜਾ ਸਕਦਾ? ਮੈਂ ਪ੍ਰੈਕਟੀਕਲੀ ਥੋੜ੍ਹੀ ਜਿਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨ ਕਹਿ ਰਹੇ ਨੇ ਕਿ 3-3.5 ਲੱਖ ਕਰੋੜ ਦਾ ਕਰਜ਼ਾ ਇਹ ਦੇਸ਼ ਭਰ ਦੇ ਕਿਸਾਨਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਮਾਫ਼ ਕਰ ਦਿਓ। ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇਹ ਵੀ ਮੰਗ ਰੱਖੀ ਜਾ ਰਹੀ ਹੈ ਕਿ ਲੀਗਲ ਤੌਰ ਦੇ ਉੱਤੇ ਗਰੰਟੀ ਦੇ ਦਿਓ ਤੁਸੀਂ, ਜਿਹੜੇ ਫਸਲਾਂ ਹੈਗੀਆਂ 23 ਦੀਆਂ 23 MSP ਦੀ ਗਰੰਟੀ, ਕਿ ਪ੍ਰੈਕਟੀਕਲ ਤੌਰ ਦੇ ਉੱਤੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਫੌਰੀ ਤੌਰ 'ਤੇ ਕੋਈ ਡਿਸੀਜ਼ਨ ਲਿਆ ਜਾ ਸਕਦਾ ਕਿ ਜਿਸ ਦੀ ਵਜ੍ਹਾ ਨਾਲ ਦਿੱਲੀ ਕੂਚ ਕਰਨ ਦੀ ਜ਼ਰੂਰਤ ਹੀ ਨਾ ਪਵੇ? ਤਾਂ ਲੱਗਦਾ ਕਿ ਹਾਂ ਸਰਕਾਰਾਂ ਅਤੇ ਕਿਸਾਨ ਬੈਠ ਕੇ ਕੋਈ ਨਾ ਕੋਈ ਇਸ ਤਰੀਕੇ ਨਾਲ ਕਰ ਸਕਦੇ ਨੇ। ਦੇਖੋ MSP ਦੀ ਗਰੰਟੀ ਤਾਂ ਹੋਣੀ ਚਾਹੀਦੀ ਆ, ਉਹਦਾ ਕਾਰਨ ਕਿ ਜੇ ਹਰਿਆਣਾ ਦੇ ਸਕਦਾ, ਕੇਰਲਾ ਦੇ ਸਕਦਾ, ਤਾਂ ਪੰਜਾਬ 'ਚ ਕਿਉਂ ਨਹੀਂ ਦਿੱਤੀ ਜਾ ਸਕਦੀ? ਪੰਜਾਬ 'ਚ ਵੀ ਦੇਣੀ ਚਾਹੀਦੀ ਹੈ ਔਰ ਕਿਸਾਨ ਦੀਆਂ ਬਦਲਵੀਆਂ ਫਸਲਾਂ ਕਿਸ ਤਰ੍ਹਾਂ ਬੀਜੇਗਾ ਜੇ ਉਸਨੂੰ MSP ਦੀ ਖਰੀਦਣ ਦੀ ਗਰੰਟੀ ਨਹੀਂ ਹੋਏਗੀ, ਉਹ ਨਹੀਂ ਬੀਜ ਸਕਦਾ ਅਤੇ ਸਾਡਾ ਪਾਣੀ ਵੀ ਨਹੀਂ ਬਚਣਾ, ਸਾਡੀ ਜ਼ਮੀਨ ਵੀ ਨਹੀਂ ਬਚਣੀ। ਇਸ ਲਈ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਗੱਲਬਾਤ ਇਹ ਇੱਕ ਦਿਨ 'ਚ ਨਹੀਂ ਹੋਣੀ ਜਾਂ ਇੱਕ ਘੰਟੇ 'ਚ ਨਹੀਂ ਹੋਣੀ, ਇਹਦੇ ਲਈ ਵਾਰ ਵਾਰ ਬੈਠਣਾ ਪੈਣਾ ਅਤੇ ਕਿਸਾਨ ਸੰਗਠਨਾਂ ਨੂੰ ਵੀ ਔਰ ਇਹਨਾਂ ਨੂੰ ਵੀ ਸਵੇਰ ਦੇਣਾ ਪਏਗਾ ਔਰ ਬਾਕੀ ਜਿਹੜੇ ਸਰਕਾਰ ਹੈਗੀ ਉਹਨੂੰ ਵੀ ਸਵੇਰ ਦੇਣਾ ਪਏਗਾ ਅਤੇ ਆਪਸ 'ਚ ਇੱਕ ਦੂਜੇ ਦੇ ਗੱਲ ਪਵਾਉਣ ਵਾਲੀ ਕੋਸ਼ਿਸ਼ ਨਾ ਕਰੋ। ਜਿਸ ਤਰ੍ਹਾਂ ਭਗਵੰਤ ਮਾਨ ਦੀ ਗੱਲ ਬੋਲ ਰਹੇ ਸੀ, ਮੈਂ ਉਸ ਚੀਜ਼ ਨੂੰ ਕ੍ਰਿਟੀਸਾਈਜ਼ ਕਰਨਾ, CM ਦੀ ਭਾਸ਼ਾ ਉਹ ਨਹੀਂ ਹੋਣੀ ਚਾਹੀਦੀ। ਉਹ ਕਹਿ ਰਹੇ ਆ ਇੱਕ ਦੇਸ਼ ਦੇ ਦੋ ਦੇਸ਼ ਬਣ ਗਏ, ਇੱਕ ਪੰਜਾਬ ਬਣ ਗਿਆ, ਇੱਕ ਇੰਡੀਆ ਦਾ ਬਾਰਡਰ ਬਣ ਗਿਆ, ਇੱਕ ਪਾਕਿਸਤਾਨ ਦਾ ਬਾਰਡਰ ਬਣ ਗਿਆ,
ਇਹ ਹੱਲ ਕਰਾਉਣ ਵਾਲਾ ਕੰਮ ਨਹੀਂ, ਇਹ ਗੱਲ ਪਵਾਉਣ ਵਾਲਾ ਕੰਮ ਆ, ਠੀਕ ਹੈ ਨਾ ਗੱਲ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਹ ਜ਼ਰੂਰ ਇਹਦੇ 'ਚ ਸੀਐਮ ਨੂੰ। ਚਲੋ ਚਲੋ, ਵਿਚਾਲੇ ਵਿਚਾਲੇ ਦੇ ਰਾਹ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇ। ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਸਾਡੇ ਨਾਲ ਇਸ ਸਮੇਂ ਹਰਿਆਣਾ ਬੀਜੇਪੀ ਦੇ ਸਪੋਕਸਪਰਸਨ ਸੀਨੀਅਰ ਲੀਡਰ ਜੁੜ ਰਹੇ ਨੇ, ਰਮਨ ਮਲਿਕ ਜੀ। ਮਲਿਕ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੰਭੂ ਬਾਰਡਰ ਤੋਂ ਇਸ ਸਮੇਂ ਖੜਾ ਹੋ ਗਈ, ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਬੈਰੀਕੇਡਿੰਗ ਬਹੁਤ ਜ਼ਬਰਦਸਤ ਹੈ, ਕਿਆ ਬਾਕੀ ਹਰਿਆਣਾ ਪ੍ਰਸ਼ਾਸਨ ਕੋ ਇਸ ਤਰੀਕੇ ਕੀ ਜ਼ਰੂਰਤ ਸੀ ਕਿ ਇਤਨੀ ਜ਼ਬਰਦਸਤ ਬੈਰੀਕੇਡਿੰਗ ਇੱਕ ਯੁੱਧ ਸਤਰ ਕੇ ਉੱਪਰ ਇੱਕ ਬਾਰਡਰ ਬਣਾ ਦਿਆ ਜਾਏ? ਕਿਸਾਨ ਇਹ ਬਾਰ ਬਾਰ ਸਵਾਲ ਉਠਾ ਰਹੇ ਹੈ ਕਿ ਆਖਿਰ ਐਸਾ ਕਿਉਂ ਕੀਆ ਜਾ ਰਹਾ ਹੈ ਕਿ ਹਮੇ ਦਿੱਲੀ ਜਾਣੇ ਸੇ ਰੋਕਾ ਜਾ ਰਿਹਾ ਹੈ। ਆਪਕਾ ਫਸਟ ਰਿਐਕਸ਼ਨ? ਮੈਂ ਕੋਸ਼ਿਸ਼ ਕਰਾਂਗਾ ਇੱਕ ਵਾਰ ਫਿਰ ਤੋਂ ਰਮਨ ਮਲਿਕ ਦੇ ਨਾਲ ਅਸੀਂ ਗੱਲਬਾਤ ਕਰ ਸਕੀਏ। ਅਸੀਂ ਤਸਵੀਰਾਂ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦਿਖਾ ਦਿੰਦੇ ਹਾਂ, ਔਰ ਤਸਵੀਰਾਂ ਦੇ ਜ਼ਰੀਏ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਇੱਥੇ ਔਰ ਜ਼ਿਆਦਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਆਲਰੇਡੀ ਪਹਿਲਾਂ ਜਿਹੜੀ ਤੁਸੀਂ ਕੱਲ੍ਹ ਲੇਅਰ ਕਹਿ ਸਕਦੇ ਹੋ ਕਿ ਬਣ ਚੁੱਕੀ ਸੀ, ਅਤੇ ਇੱਕ ਹੁਣ ਹੋਰ ਲੇਅਰ ਬਣਾ ਦਿੱਤੀ ਜਾ ਰਹੀ ਹੈ। ਹੁਣ ਜਦੋਂ ਹਾਲਾਂਕਿ ਇਹ ਸਿੱਧੀਆਂ ਸਲੈਬਸ ਰੱਖੀਆਂ ਜਾ ਰਹੀਆਂ ਜਿਨ੍ਹਾਂ ਨੂੰ ਕ੍ਰੇਨ ਦੀ ਮਦਦ ਦੇ ਨਾਲ ਉੱਥੇ ਰੱਖਿਆ ਜਾ ਰਿਹਾ ਹੈ। ਹੁਣ ਇੱਥੇ ਕਿਸਾਨ ਪਹੁੰਚਦੇ ਨੇ, ਉਹ ਕਿਸ ਤਰੀਕੇ ਨਾਲ ਇੱਥੇ ਰਿਐਕਟ ਕਰਦੇ ਨੇ, ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪ੍ਰਸ਼ਾਸਨ ਦੀ ਤਿਆਰੀ ਉਹਨਾਂ ਤੱਕ ਪਹੁੰਚ ਰਹੀ ਹੈ ਤਸਵੀਰਾਂ ਦੇ ਜ਼ਰੀਏ। ਅਤੇ ਇਸ ਵਿਚਾਲੇ ਹੁਣ ਉਹ ਕਿਸ ਤਿਆਰੀ ਦੇ ਨਾਲ ਇੱਥੇ ਪਹੁੰਚਦੇ ਨੇ, ਕਿ ਸਿਰਫ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚਦੇ ਨੇ ਜਾਂ ਉਹਨਾਂ ਦੀ ਤਿਆਰੀ ਦੇ ਵਿੱਚ ਕੁਝ ਹੋਰ ਵੱਖਰਾ ਨਜ਼ਰ ਆਉਂਦਾ ਹੈ, ਉਹ ਵੀ ਹੁਣ ਦੇਖਣ ਵਾਲੀ ਗੱਲ ਜ਼ਰੂਰ ਹੋਏਗੀ। ਕਿਉਂਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ, ਬਿਆਸ ਤੋਂ ਅਸੀਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ, ਬਹੁਤ ਲੰਬੀਆਂ ਲੰਬੀਆਂ ਕਤਾਰਾਂ ਟਰੈਕਟਰਾਂ ਦੀਆਂ, ਟਰਾਲੀਆਂ ਦੀਆਂ, ਸਮਾਨ ਦੇ ਨਾਲ, ਕਿਸਾਨਾਂ ਦੇ ਨਾਲ, ਪ੍ਰਦਰਸ਼ਨਕਾਰੀ ਇਸ ਸਮੇਂ ਦਿੱਲੀ ਵਾਲੇ ਪਾਸੇ ਵੱਧਦੇ ਨਜ਼ਰ ਆ ਰਹੇ ਨੇ। ਅੱਜ ਬੇਸ਼ੱਕ ਇੱਥੇ ਨਾ ਪਹੁੰਚਣ, ਹੋ ਸਕਦਾ ਕਿ ਥੋੜ੍ਹੇ ਕਿਸਾਨ ਇੱਥੇ ਪਹੁੰਚ ਜਾਣ, ਪਰ ਕੂਚ ਦਾ ਐਲਾਨ ਕੀਤਾ ਗਿਆ ਕੱਲ੍ਹ ਦਾ, 13 ਤਰੀਕ ਦਾ, ਤਾਂ 13 ਤਰੀਕ ਨੂੰ ਦਿੱਲੀ ਵਾਲੇ ਪਾਸੇ ਉਹਨਾਂ ਨੇ ਕੂਚ ਕਰਨਾ ਹੈ। ਤਾਂ ਉਮੀਦ ਤੁਸੀਂ ਕਰ ਸਕਦੇ ਹੋ ਕਿ ਕੱਲ੍ਹ ਇੱਥੇ ਸਥਿਤੀ ਥੋੜ੍ਹੀ ਜਿਹੀ ਵੱਖਰੀ ਹੋ ਸਕਦੀ ਹੈ। ਅੱਜ ਵੀ ਹੁਣ ਥੋੜ੍ਹਾ ਜਿਹਾ ਹੌਲੀ ਹੌਲੀ ਕਰਕੇ ਲੋਕ ਇੱਥੇ ਪਹੁੰਚ ਰਹੇ ਨੇ, ਮੀਡੀਆ ਇੱਥੇ ਬਹੁਤ ਪਹੁੰਚਿਆ ਹੋਇਆ, ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਮੈਂ ਵੀ ਜ਼ਿਕਰ ਕਰ ਰਿਹਾ ਕਿ ਇੱਕ ਤਸਵੀਰ ਤਿਆਰੀਆਂ ਦੀ, ਹਰਿਆਣਾ ਦੇ ਪ੍ਰਸ਼ਾਸਨ ਦੀ ਕਿਸਾਨਾਂ ਤੱਕ ਪਹੁੰਚ ਰਹੀ ਹੈ, ਜਿਹੜੇ ਇਸ ਸਮੇਂ ਬਿਲਕੁਲ ਤਿਆਰੀ ਕਰ ਰਹੇ ਨੇ, ਜਿਹੜੇ ਇਸ ਸਮੇਂ ਉਹ ਆਪਣੇ ਘਰਾਂ ਤੋਂ ਚੱਲਣ ਦੇ ਲਈ ਟਰਾਲੀਆਂ ਦੇ ਵਿੱਚ ਬੈਠ ਰਹੇ ਨੇ। ਇਨਫੈਕਟ ਜਿਹੜੇ ਉੱਥੋਂ ਆ ਰਹੇ ਹੋਣਗੇ, ਕਿਉਂਕਿ ਪੰਜਾਬ ਦੇ ਵਿੱਚ ਇੰਟਰਨੈਟ ਦੀ ਫਿਲਹਾਲ ਕੋਈ ਪ੍ਰੋਬਲਮ ਨਹੀਂ ਹੈ, ਇਸ ਕਰਕੇ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਕਿਸਾਨ ਪ੍ਰਦਰਸ਼ਨਕਾਰੀ ਨੇ, ਆਗੂ ਨੇ ਸਾਨੂੰ ਦੇਖ ਰਹੇ ਹੋਣਗੇ, ਉਹਨਾਂ ਤੱਕ ਅਸੀਂ ਤਿਆਰੀਆਂ ਪਹੁੰਚਾ ਰਹੇ ਹਾਂ। ਅਤੇ ਇਸ ਸਮੇਂ ਮੈਂ ਗੱਲਬਾਤ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਾਡੇ ਨਾਲ ਰਮਨ ਮਲਿਕ ਜੀ ਜੁੜ ਰਹੇ ਨੇ, ਸੀਨੀਅਰ ਬੀਜੇਪੀ ਲੀਡਰ ਨੇ ਹਰਿਆਣਾ ਦੇ, ਹਰਿਆਣਾ ਬੀਜੇਪੀ ਦੇ। ਮਲਿਕ ਸਾਹਿਬ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਕੇ ਉੱਪਰ ਆਪਕਾ। ਸ਼ੰਭੂ ਬਾਰਡਰ ਪਰ ਇਸ ਸਮੇਂ ਮੈਂ ਮੌਜੂਦ ਹਾਂ, ਵਹੀਂ ਸੇ ਆਪਸੇ ਸਵਾਲ ਕਰਨੇ ਕੀ ਕੋਸ਼ਿਸ਼ ਕਰ ਰਹਾ ਹੂੰ। ਮੇਰਾ ਪਹਿਲਾ ਬਹੁਤ ਸਿੱਧਾ ਸਾ ਸਵਾਲ ਹੈ ਕਿ ਇਤਨੀ ਬੈਰੀਕੇਡਿੰਗ ਕੀ ਕਿਆ ਵਾਕਈ ਜ਼ਰੂਰਤ ਲੱਗ ਰਹੀ ਥੀ? 5-6 ਲੇਅਰ ਅਗਰ ਮੈਂ ਪਿੱਛੇ ਆਪਣੀ ਤਸਵੀਰੋਂ ਮੈਂ ਦੇਖ ਰਹਾ ਹੂੰ, ਤੋ 5-6 ਲੇਅਰ ਬੜੀ ਬੜੀ ਸਲੈਬਸ ਕੇ ਸਾਥ ਬਣਾ ਦੀ ਗਈ ਹੈ, ਬੜੇ ਬੜੇ ਬਲੋਕਸ ਬਣਾ ਦੀਏ ਗਏ ਹੈ, ਕਿਆ ਵਾਕਈ ਹਰਿਆਣਾ ਕੋਈ ਲੱਗ ਰਿਹਾ ਹੈ ਕਿ ਨਾ ਜਾਣੇ ਦੀਆ ਜਾਏ? ਕਿਸਾਨ ਇਹ ਕਹਿ ਰਹੇ ਹੈ ਕਿ ਕਿਉਂ ਆਖਿਰ ਰੋਕਾ ਜਾ ਰਿਹਾ, ਹਮ ਰਾਜਧਾਨੀ ਜਾਣਾ ਚਾਹਤੇ ਹੈਂ, ਦਿੱਲੀ ਜਾਣਾ ਚਾਹਤੇ ਹੈਂ, ਲੋਕਤੰਤਰ ਹੈ, ਰੋਕਾ ਕਿਉਂ ਜਾ ਰਿਹਾ ਹੈ? ਮਲਿਕ ਸਾਹਿਬ, ਦੂਧ ਕਾ ਜਲਾ ਛਾਛ ਕੋ ਵੀ ਫੂਕ ਕੇ ਪੀਤਾ ਗੌਰਵ, ਪਿਛਲੇ ਵਾਰੀ ਇਹਨੇ ਹਰਿਆਣਾ ਕੀ ਅਰਥ ਵਿਵਸਥਾ ਕੋ, ਹਰਿਆਣਾ ਕੀ ਸੁਹਾਗ ਕੋ, ਹਰਿਆਣਾ ਕੇ ਏਕ ਵਾਤਾਵਰਣ ਕੋ ਇਤਨਾ ਦੂਸ਼ਿਤ ਪ੍ਰਦੂਸ਼ਿਤ ਕਰਾ, ਔਰ ਉਸਕੇ ਸਾਥ ਇਤਨਾ ਖਿਲਵਾੜ ਕਰਾ ਗਿਆ, ਤੋ ਆਪਕੋ ਲਗਤਾ ਕਿ ਹਰਿਆਣਾ ਕੀ ਜਨਤਾ ਇਸਕੋ ਐਕਸੈਪਟ ਕਰੇਗੀ? ਦੂਸਰੀ ਚੀਜ਼, ਜਹਾਂ ਜਹਾਂ ਬੈਠੇ ਵਹਾਂ ਵਹਾਂ ਅਰਾਜਕਤਾ ਔਰ ਜਿਸ ਪ੍ਰਕਾਰ ਕੀ ਘਟਨਾਏ ਘਟੀ ਵੋ ਆਪਨੇ ਵੀ ਦੇਖੀ ਔਰ ਸੁਣੀ ਥੀ, ਆਪਨੇ ਦਿਖਾਈ ਵੀ ਥੀ, ਬਲਾਤਕਾਰ ਕਿਆ ਹੋ ਯਾ ਈਵ ਟੀਜ਼ਿੰਗ ਕਿਆ ਹੋ ਯਾ ਨਸ਼ੇ ਕੀ ਬਾਤੇਂ ਹੋ,
तो ये क्या प्रदर्शन इस तरीके का होता है? तो वो अपने अगर उन्होंने अच्छे करे होते, अच्छे डिसेंट तरीके से करा होता, तो हरियाणा के लोगों को इस प्रकार का एक विषय ना आता दिमाग में कि क्या ये हितैषी हरियाणा के हितों के बारे में है या नहीं। दूसरी चीज, मैं कल से 2-3 इंटरव्यूज देख रहा था, उसमें जो इश्यूज उठाए गए हैं, आप किसानी से इश्यूज रिलेटेड है वो उठाइए, वो समझ में आता है, लेकिन आप हर वो पॉलिटिकल इशू उठा रहे हैं जो विपक्ष भी उठाता है, तो क्यों ना हम इसमें समझें कि आपका ये कार्य जो है ये एक किसानी के अंदर नकाब जो है किसानी का है और पीछे मंशा कुछ और है। तीसरी चीज साहब, मलिक साहब, जैसे कि कौन से इशू लग रहे हैं आपको जो पॉलिटिकल इशू हैं जो किसानों ने उठाए? देखिए, कल एक बड़ा वो फतेहगढ़ साहब वगैरह कुछ किसान जाके रुके हैं और उन्होंने ये बात बोली कि जी ऐसी जो ट्राइब्स हैं उनके हकों के लिए हम बात कर रहे हैं, हम बात करते हैं कास्ट के ऊपर कि जी कास्ट सेंसेस वगैरह और चीजें, तो इस प्रकार की बातें जो हैं ये कौन सी बातें हैं? ये किसानी में क्या मतलब है? गन्ने को आप स्वामीनाथन आयोग के विषय के अंदर ला के C2+100 करना चाहते हो, ये एक हर बारी नया प्रोपोगेंडा उठा रहे हैं। तो ये जो चीजें आपको ये समझना पड़ेगा कि जब हम इंक्रीज करते हैं MSP, जब हम बढ़ाते हैं, तो उसकी वैल्यूएशन बढ़ने के साथ किसान को तो फायदा होता है, लेकिन बाकी देश की जनता के पास इन्फ्लेशन पहुंचती है, फूड इन्फ्लेशन। तो आप फिर फूड इन्फ्लेशन के लिए ये बोलते हैं कि जी सरकार ने बढ़ा दी, तो ये आप कहां से दोहरे मापदंड लगाएंगे? और मेरा अभी भी एक ही कहना है कि जो मोस्ट इंपॉर्टेंट विषय है कि क्या आज की डेट में किसानी के अलावा और कोई भी ऐसा व्यवसाय है जो कि 100% सरकार के द्वारा समर्थित सपोर्टेड है? अगर कल को इसी प्रकार की, मेरा सवाल आज भी वही है जो उस समय था, कि कल को अगर इसी प्रकार की डिमांड सारे के सारे उठाने लग जाएं, तो फिर हम कहां होंगे? नहीं देखिए, किसान जो कह रहे हैं मलिक जी, वो समझना तो पड़ेगा ना कि आखिर उनकी मांग क्या है, क्या क्या वो कह रहे हैं। मैं 2 पॉइंट आपकी बात में से निकालूंगा। आपने एक तो कहा कि इन्फ्लेशन आम लोगों तक पहुंचती है, देखिए 60-65% देश में किसान है तो उन तक ही पहुंचेगी अगर किसान को ये डिमांड कर रहे हैं, लेकिन किसानों का एक तर्क मलिक साहब ये भी है, बस सुन लीजिए, मैं आपके पास वापस आऊं। नहीं, किसानों का तर्क है कि ये भी है कि अगर आपने MSP अनाउंस कर दी, आप एक गेहूं को छोड़ दीजिए और आप एक चावल को छोड़ दीजिए, धान को छोड़ दीजिए, और बाकी के ऊपर 23 फसलें हैं, 21 की MSP नहीं मिलती, आप सरसों लगाइए, बाजरा लगाइए, नहीं MSP है, आप उसके ऊपर MSP क्लियर कर दीजिए, बाकी जो मुद्दे हैं पीछे रह जाएंगे और वो किसान अपने घर चले जाएंगे। किसानों का तर्क यह है कि आप MSP के ऊपर गारंटी दे दीजिए, आप जो उनकी किसानों से जुड़ी हुई मांगे हैं उनको पूरा कर दीजिए, हम प्रदर्शन नहीं करेंगे। हमारे प्रदेश के अंदर 14 फसलों पे MSP मिलता है एक बारी में, और 23 के करीब हमने टोटल MSP सपोर्टेड प्रोड्यूस है। पंजाब में कितनी है साहब जी? पंजाब में कितनी है बताइए ना, ये जो पंजाब से आ रहे हैं उनको बोलिए कि मान सरकार को बोले
क्या ये भूल गए हैं कि मान सरकार किस तरीके से लठ बरपा रही थी किसानों के ऊपर पिछले दो तीन सालों में? कितनी बारी इन्होंने लठ बरसाए हैं, कितनी बारी धक्का मुक्की करी है? आप जब देखो आप हमारे को आरोप लगाते हैं, लेकिन जो विपक्षी दल इनको सपोर्ट कर रहे हैं, क्या उन प्रदेशों के अंदर इनकी सारी समस्याएं खत्म हो गई हैं? अगर उन्होंने खत्म कर दी और हम नहीं कर रहे हैं, मलिक साहब आपका पॉइंट आ रहा है, उम्मीद करता हूं कि किसानों तक पहुंचेगा, लेकिन देखिए मेरे पास समय कम है, मैं आपको बीच में रोक रहा हूं। एक पॉइंट ये भी, आगे बात होती रहेगी आपसे, बीजेपी के हम जो नेता हैं उनसे लगातार बात करने की कोशिश करेंगे। एक पॉइंट ये भी है कि किसानों का तर्क है कि पिछली बार भी हरियाणा के किसानों ने हमें साथ दिया, इस बार भी किसान हरियाणा के हमें साथ देंगे और आंदोलन की रूपरेखा पिछली बार की तरह की होगी। चलिए शुक्रिया, बहुत बहुत धन्यवाद हमारे साथ जुड़ने के लिए। तस्वीर आने वाले समय के किमेंदियां निकल दिया ने कितों कितों समर्थन मिलता है किसानों, उस देते लाजमी तौर पर सब दिन नजर रहन गया। असं भी कोशिश करते रहेंगे कि हर एक तस्वीर असं अपने सहयोगियों के जरिए पहुंचाते रहिए। खनौरी बॉर्डर के उत्ते कुछ ही पलां च नपिंदर बराड़ साडे सहयोगी पहुंच जाएंगे, डब वाली बॉर्डर के उत्ते सूरज भान साडे सहयोगी साडे नाल मौजूद होणगे कुछ ही पलां दे विच। मैं हर एक बॉर्डर तो तुहाडे तक तस्वीर पहुंचाउण दी कोशिश करांगा। सिंघू बॉर्डर दिल्ली एंटर करन दे समय उत्थे मौजूदा स्थिति की है, वह भी साडे सहयोगी थोड़ी देर च पहुंचणगे। माझे दे विचों जिथों वड्डी गिणती च किसान मूव कर रहे हैं उत्थों राजीव शर्मा साडे सहयोगी साडे नाल कुछ पलां दे विच जुड़णगे। चंडीगढ़ दे विच जिथे अज मीटिंग होण जा रही है, करीब 3 बजे का समा दस्या जा रहा, दोपहर बाद वो मीटिंग होनी है, उत्थे पंकज कपाही साडे सहयोगी होणगे। तो यह पूरी न्यूज़ 18 की अज टीम स्ट्रेंथ लगी हुई है ताकि हर एक अपडेट असं अपने दर्शकों तक जरूर पहुंचाते रहिए। असं वापस रुख करते हैं शंभू बॉर्डर तो स्टूडियो का। सरब ओवर टू यू। बहुत बहुत शुक्रिया गौरव, सानू पल पल की अपडेट देने। इसे तो ही मेरे जो सहयोगी गौरव शुक्ला शंभू बॉर्डर से मौजूद ने, तमाम जो दर्शक ने उन्होंने पल पल की लाइव अपडेट रूबरू करवा रहे हैं।